ਲੋ ਜਿਹੜੇ ਵੀ ਬਾਬਿਆਂ ਨੂੰ ਧਿਆਉਣਾ ਇੰਡੀਆ ਦੀ ਸਭ ਤੋਂ ਪੁਰਾਣੀ ਡਿਸਕੁਆਲੀਫਾਈਡ ਥੈਂਕ ਯੂ ਅਗਲਾ ਸਵਾਲ ਆਨਸਰ ਦੇ ਦਿਓ ਮੈਂ ਸੋਚ ਰਹੀ ਹਾਂ ਅੱਛਾ ਤੋ ਜਿੰਨਾ ਪਤਾ ਨਹੀਂ ਕਹਿੰਦੇ ਵੈਸੇ ਮੈਨੂੰ ਪਤਾ ਹੈ ਪਰ ਮੈਨੂੰ ਆਪਸ਼ਨਸ ਵੀ ਦੱਸੋ ਆਈ ਐਮ ਵੈਰੀ ਹੈਪੀ ਗਾਇਸ ਯਾਰ ਬਹੁਤ ਸੀਰੀਅਸ ਲੈ ਲੈ ਪਾਣੀ ਪੂਣੀ ਪਿਆ ਹੋਇਆ ਇਹਨਾਂ ਨੂੰ ਵੈਰੀ ਗੁੱਡ 10 ਪੁਆਇੰਟ ਯੂ ਗੈਟ ਥੈਂਕ ਯੂ ਬੋਲੀ ਟਾਈਮ ਟਾਈਮ ਦੀ ਗੱਲ ਹੋ ਦੇਖੋ ਬਾਤ ਚੱਲ ਰਹੀ ਨਹੀਂ ਨਹੀਂ ਹੈਲੋ ਹੈਲੋ ਬੋਲ ਟਾਈਮ ਟਾਈਮ ਦੀ ਗੱਲ ਬੋਲ ਹੈਲੋ ਸਤਿ ਸ਼੍ਰੀ ਅਕਾਲ ਜੀ ਟਾਈਮ ਟਾਈਮ ਦੀ ਗੱਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਈ ਅੱਜ ਦਾ ਇਹ ਐਪੀਸੋਡ ਬਹੁਤ ਹੀ ਧਮਾਕੇਦਾਰ ਹੋਣ ਵਾਲਾ ਹੈ ਕਿਉਂਕਿ ਅੱਜ ਇਸ ਮੁਕਾਬਲੇ ਦੇ ਵਿੱਚ ਇੱਕ ਦੂਜੇ ਨੂੰ ਟੱਕਰ ਦੇਣ ਤੇ ਕੜੀ ਵਾਲੀ ਟੱਕਰ ਦੇਣ ਆ ਰਹੇ ਨੇ ਪਰਿੰਦਾ ਪਾਰਗਿਆ ਦੀ ਸਟਾਰ ਕਾਸਟ ਸੋ ਪਲੀਜ਼ ਵੈਲਕਮ ਗੁਰਨਾਮ ਭੁੱਲਰ ਗੁਰਨਜ਼ਰ ਐਂਡ ਰੂਪੀ ਗਿੱਲ ਹੈਲੋ ਹਾਏ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਬੈਠੋ ਜੀ ਬੈਠੋ ਤਿਆਰ ਹੋ ਗੇਮ ਲਈ ਸਾਡੀ ਪਿਟਾਰਾ ਦੀ ਸ਼ਾਨਦਾਰ ਟਰਾਫੀ ਤੇ ਇੱਕ ਸ਼ਾਨਦਾਰ ਗਿਫਟ ਹੈਂਪਰ ਕੀ ਹੋਊਗਾ ਗਿਫਟ ਤੁਸੀਂ ਤਾਂ ਸਾਰੇ ਭੇਦ ਹੀ ਹੁਣੇ ਜਾਨਾਂ ਨੂੰ ਫਿਰਦੇ ਹੋ ਕੁਝ ਸਸਪੈਂਸ ਵੀ ਰੱਖੋ ਗੁਰਨਾਮ ਜੀ ਠੀਕ ਹੈ ਦਾਨ ਸਾਹਿਬ ਉਹ ਜਿੱਥੇ ਆ ਬਿਲਕੁਲ ਇੱਥੇ ਆ ਹੁਣ ਤੁਸੀਂ ਲੱਭਣ ਨਾ ਲੱਗ ਜਿਓ ਵੀ ਤੇ ਕਿੱਥੇ ਹੈ ਅਸੀਂ ਲੁਕੋ ਕੇ ਰੱਖਿਆ ਉਹ ਅਸੀਂ ਲੁਕੋ ਕੇ ਰੱਖਿਆ ਚਲੋ ਫਿਰ ਗੇਮ ਸ਼ੁਰੂ ਕਰੋ ਗੇਮ ਸ਼ੁਰੂ ਕਰਦੇ ਆ ਤਿਆਰ ਹੋ ਟੱਕਰ ਦੇ ਲਈ ਇੱਕ ਦੂਜੇ ਨੂੰ ਦੇਣੀ ਹੈ ਜਿਹੜੀ ਕੋਸ਼ਿਸ਼ ਕਰੀ ਤਿਆਰ ਆ ਜੀ ਤੁਸੀਂ ਲਾਲ ਮਹਾਰਾਜ ਜੀ ਦੇ ਸਾਹਮਣੇ ਜਾ ਕੇ ਵਿਰਾਜਮਾਨ ਹੋ ਸਕਦੇ ਹੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸ਼ੋਅ ਦਾ ਫਾਰਮੈਟ ਦੱਸ ਦਿੰਨੀ ਆ ਇਹ ਸ਼ੋਅ ਦੇ ਵਿੱਚ ਤੁਹਾਨੂੰ ਟੋਟਲ 20 ਸਵਾਲ ਪੁੱਛੇ ਜਾਣਗੇ ਪਹਿਲੇ 8 ਸਵਾਲ 5 ਪੁਆਇੰਟਸ ਦੇ ਦੂਸਰੇ 8 ਸਵਾਲ 10 ਪੁਆਇੰਟਸ ਦੇ ਤੇ ਅਖੀਰਲੇ 4 ਸਵਾਲ 20 ਪੁਆਇੰਟਸ ਦੇ ਓਏ ਹੋਏ ਓਕੇ ਠੀਕ ਹੈ ਜੀ ਮਤਲਬ ਆਖਰੀ ਵਾਲਾ ਜਿਹੜਾ ਲੈਵਲ ਆ ਉਹ ਹਾਈਐਸਟ ਹੋਣ ਵਾਲਾ ਠੀਕ ਹੈ ਤੇ ਹੁਣ ਮੈਂ ਲੱਗ ਰਿਹਾ ਮੇਰੇ 12ਵੀਂ ਦੇ ਪੇਪਰ ਹੋਣ ਲੱਗੇ ਬਸ ਇਹ ਮੁਕਾਬਲਾ ਹੋਣਾ ਤੁਹਾਡਾ ਚਲੋ ਤੇ ਓਕੇ ਰੈਡੀ 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 ਹੁਣ ਸ਼ੋ ਦੇ ਇਨਸਟਰਕਸ਼ਨਸ ਰੂਲਸ ਓਕੇ ਸੁਣੋ ਇਹ ਸ਼ੋ ਦੇ ਸਿੰਪਲ ਜੇ 4 ਰੂਲ ਨੇ ਪਹਿਲਾ ਰੂਲ ਆਨਸਰ ਦੇਣ ਲਈ ਬਜ਼ਰ ਦੱਬਣਾ ਜ਼ਰੂਰੀ ਹੈ ਠੀਕ ਹੈ ਬਿਲਕੁਲ ਐਵੇਂ ਚੋਦਾ ਮੇਰਾ ਚੱਲਦਾ ਮੇਰਾ ਚੱਲਦਾ ਬਈ ਚੱਲਦਾ ਹੈ ਚੱਲ ਤੁਸੀਂ ਦੇਖ ਲਓ ਓਕੇ ਇਹ ਤੇ ਥੋੜਾ ਵੱਧ ਜ਼ੋਰ ਲਾਉਣਾ ਪਿਆ ਕੋਈ ਨਹੀਂ ਮੈਂ ਲਗਾ ਲੂੰਗਾ ਪ੍ਰਿੰਸ ਜੀ ਲਾ ਲੈਣਗੇ ਪ੍ਰਿੰਸ ਸ਼ਹਿਜ਼ਾਦਾ ਇੰਡਸਟਰੀ ਦਾ ਕੁਝ ਵੀ ਕਰ ਸਕਦਾ ਜੀ ਚੋਦਾ ਦੂਸਰਾ ਰੂਲ ਜਿਹੜਾ ਪਹਿਲਾਂ ਬਜ਼ਰ ਦੱਬੇਗਾ ਪਹਿਲਾਂ ਜਵਾਬ ਦੇਣ ਦਾ ਮੌਕਾ ਵੀ ਉਹਨੂੰ ਮਿਲੇਗਾ ਠੀਕ ਹੈ ਜੀ ਚੋਦਾ ਤੀਸਰਾ ਰੂਲ ਇਸ ਸ਼ੋਅ 'ਚ ਸਿਰਫ ਦੋ ਹੀ ਮੌਕੇ ਮਿਲਦੇ ਨੇ ਪਹਿਲਾ ਮੌਕਾ ਜੋ ਪਹਿਲਾਂ ਬਜ਼ਰ ਦੱਬੇਗਾ ਦੂਸਰਾ ਮੌਕਾ ਜੋ ਸੈਕਿੰਡ ਤੇ ਬਜ਼ਰ ਦੱਬੇਗਾ ਤੇ ਤੀਸਰਾ ਮੌਕਾ ਹੈ ਹੀ ਨਹੀਂ ਮਿਲਦਾ ਪਰ ਜੇ ਦੋਨੇ ਗਲਤ ਹੋ ਗਏ ਫਿਰ ਹਾਂ ਫਿਰ ਸਵਾਲ ਰੱਦ ਅੱਛਾ ਸਵਾਲ ਹੀ ਰੱਦ ਓਕੇ ਯੈਸ ਓਕੇ ਫਿਰ ਅੱਗੇ ਪਾਸ ਹੋਣ ਨਹੀਂ ਹੋਣਾ ਠੀਕ ਹੈ ਬੰਦੇ ਤੇ ਸ਼ੋਅ ਦਾ ਜੇ ਕਿਸੇ ਨੇ ਬਜ਼ਰ ਦੱਬਤਾ ਪਰ ਉਹਨੂੰ ਆਨਸਰ ਨਹੀਂ ਆਉਂਦਾ ਫਿਰ ਨਹੀਂ ਆਨਸਰ ਤਾਂ ਦੱਸਣਾ ਪੈਣਾ ਮਾਈਨਸ ਵੀ ਹੋਣਗੇ ਨਾ ਫਿਰ ਪੁਆਇੰਟ ਨਹੀਂ ਮਾਈਨਸ ਨਹੀਂ ਨਹੀਂ ਗੇਮ ਦੇ ਰੂਲ ਮੈਂ ਦੁਬਾਰਾ ਠੀਕ ਕਰਕੇ ਜਾਊਂਗਾ ਅਗਲੇ ਏਰੀਆ ਆਇਆ ਇੱਕ ਰੀ ਅੱਜ ਖੇਡ ਲਓ ਠੀਕ ਓ ਠੀਕ ਹੈ ਹਾਂਜੀ ਪੂਰੀ ਅਸੀਂ ਕਮੇਟੀ ਬਿਠਾਵਾਂਗੇ ਇੱਥੇ ਕੁਰਸੀਆਂ ਢਾ ਕੇ ਸ਼ੋਅ ਦਾ ਲਾਸਟ ਤੇ ਚੌਥਾ ਰੂਲ ਜੀ ਮੇਰਾ ਸਵਾਲ ਖਤਮ ਹੋਣ ਤੋਂ ਪਹਿਲਾਂ ਕੋਈ ਬਜ਼ਰ ਨਹੀਂ ਦਬਾਇਆ ਸੌਰੀ ਮੇਰਾ ਸਵਾਲ ਖਤਮ ਹੋਣ ਤੋਂ ਪਹਿਲਾਂ ਜੇ ਕਿਸੇ ਨੇ ਬਜ਼ਰ ਦੱਬਤਾ ਐਕਸਾਈਟਮੈਂਟ ਚਾ ਜੀ ਜੀ ਤਾਂ ਉਹ ਉਸੇ ਟਾਈਮ ਸਵਾਲ ਚੋਂ ਆਊਟ ਹੋ ਜੂ ਹਾਏ ਯੈਸ ਸਹੀ ਹੈ ਆਸ ਰੂਲ ਮੈਨੂੰ ਪਸੰਦ ਆਇਆ ਹਾਂ ਗੁੱਡ ਹੈ ਹਾਂ ਵਧੀਆ ਨਾ ਆਈ ਲਾਈਕ ਇਸ ਥਿੰਗ ਨੂੰ ਦਿਖਾਣੀ ਮੇਰੇ ਲਈ ਗਲਤ ਹੈ ਹਾਂ ਇਹ ਮੈਂ ਹੀ ਫਿਰ ਕਰਦੀ ਜਾਣਾ ਸੀ ਤੋਂ ਮੇਰਾ ਸਵਾਲ ਸੁਣਨਾ ਜ਼ਰੂਰੀ ਹੈ ਠੀਕ ਹੈ ਜੀ ਸਾਰਾ ਜਦੋਂ ਖਤਮ ਹੋ ਗਿਆ ਉਸ ਤੋਂ ਬਾਅਦ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਪਸ਼ਨ ਵੀ ਸੁਣਨੇ ਹੀ ਸੁਣਨੇ ਜੇ ਤੁਹਾਨੂੰ ਆਪਸ਼ਨ ਵੀ ਨਹੀਂ ਤੁਸੀਂ ਸੁਣਨ ਦੇ ਇਛੁੱਕ ਤੁਹਾਨੂੰ ਜਵਾਬ ਪਤਾ ਹੈ ਤਾਂ ਤੁਸੀਂ ਸਵਾਲ ਖਤਮ ਹੋਣ ਤੋਂ ਬਾਅਦ ਨਾਲ ਦੀ ਨਾਲ ਦੱਸ ਸਕਦੇ ਅੱਛਾ ਆਪਸ਼ਨਸ ਦਊਗੇ ਨਾ ਤੁਸੀਂ ਹਾਂਜੀ ਠੀਕ ਹੈ ਹਰ ਸਵਾਲ ਦੇ ਤਿੰਨ ਤਿੰਨ ਆਪਸ਼ਨਸ ਹੋਣਗੇ ਠੀਕ ਹੈ ਜੀ ਸੌਰੀ ਤੁਹਾਡੇ ਆਪਸ਼ਨਸ ਦੇਣ ਤੋਂ ਬਾਅਦ ਪ੍ਰੈਸ ਕਰਨਾ ਨਹੀਂ ਆਪਸ਼ਨ ਦੇਣ ਤੋਂ ਪਹਿਲਾਂ ਵੀ ਬਸ ਸਵਾਲ ਖਤਮ ਹੋਣਾ ਚਾਹੀਦਾ ਡਨ ਪਰ ਫਿਰ ਜੇ ਪਹਿਲਾਂ ਦੱਬਤਾ ਫਿਰ ਆਪਸ਼ਨਸ ਨਹੀਂ ਦੱਸੋਗੇ ਤੁਸੀਂ ਹੈਨਾ ਹਾਂ ਨਹੀਂ ਜੇ ਮੇਰਾ ਦੱਸਣਗੇ ਆਪਸ਼ਨਸ ਫਿਰ ਵੀ ਦੱਸਣਗੇ ਇਹ ਤਾਂ ਫਿਰ ਨੰਬਰ ਨੂੰ ਫਿਰ ਨਹੀਂ ਉਹੀ ਜੇ ਬਾਲੀ ਕਿਸੇ ਨੂੰ ਪਤਾ ਕਿ ਹਾਂ ਵੀ ਇਹਦਾ ਆਨਸਰ ਪਤਾ ਤਾਂ ਉਹ ਬੋਲ ਸਕਦੇ ਚਲੋ ਸਟਾਰਟ ਕਰ ਚਲੋ ਜੀ ਇਹਨਾਂ ਤਾਂ ਮੇਰਾ ਤਾਂ ਗੇਮ ਨਹੀਂ ਔਖੀ ਹੋਣੀ ਜਿੰਨੀ ਗਾਈਡਲਾਈਨ ਔਖੀ ਹੈ ਇਹ ਤਾਂ ਤੁਹਾਡੇ ਸਵਾਲ ਨਹੀਂ ਇਹ ਤਾਂ ਮੈਂ ਤਾਂ ਆਪਦੇ ਰੂਲ ਦੱਸ ਕੇ ਮੈਂ ਇਗਨੋਰ ਆ ਖੜ ਗਈ ਤੁਸੀਂ ਚਲੋ ਠੀਕ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਰਾਉਂਡ ਜਿਹੜਾ ਕਿ ਹੈ ਨਾਨ ਫਿਲਮੀ ਰਾਉਂਡ ਤੇ ਆ ਲਓ ਜਿਹੜੇ ਵੀ ਬਾਬਿਆਂ ਨੂੰ ਧਿਆਉਣਾ
चलो शो दा पहला सवाल धक 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 पंजाब दा केड़ा शहर बेस्ट फर्नीचर लई जाने जांदा है तुहाडे ऑप्शंस ने अमृतसर खन्ना या करतारपुर करतारपुर बिल्कुल सही जवाब वेरी गुड ते दे नाल ही शानदार ओपनिंग करदे होए 5 पॉइंट्स सीधा गुरनाम जी नूं मिलदे ने थैंक यू क्लैपिंग गाइस नहीं कंपटीशन रहा चलो जीते जेलसी चलो ओके क्या बात है 5 पॉइंट्स अगला सवाल पंजाब एग्रीकल्चरल यूनिवर्सिटी एना विचों केड़े शहर विच है मैं नप्पया पहला ठीक है हां जी ਤੁਹਾਡੇ ਆਪਸ਼ਨਸ ਨੇ ਅੰਮ੍ਰਿਤਸਰ ਲੁਧਿਆਣਾ ਜਾਂ ਰੋਪੜ ਲੁਧਿਆਣਾ ਬਿਲਕੁਲ ਸਹੀ ਜਵਾਬ ਵੈਰੀ ਗੁੱਡ 5 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਅਗਲਾ ਤੀਸਰਾ ਸਵਾਲ ਇਹਨਾਂ ਚੋਂ ਕਿਸਦਾ ਮਤਲਬ ਹੈ ਬਹੁਤ ਡਰ ਜਾਣਾ ਫਿਰ ਤਾਂ ਉਹਨਾਂ ਨੇ ਬਜ਼ਰ ਪ੍ਰੈਸ ਕੀਤਾ ਰੂਪੀ ਜੀ ਤੁਸੀਂ ਸੋਚ ਬਹੁਤ ਰਹੇ ਹੋ ਤੁਹਾਡੇ ਆਪਸ਼ਨਸ ਨੇ ਸਿਰ ਫੇਰਨਾ ਉੱਨੀ ਕੀ ਕਰਨਾ ਜਾਂ ਸਾਹ ਸੁੱਕ ਜਾਣੀ ਸਾਹ ਸੁੱਕ ਜਾਣਾ ਬਿਲਕੁਲ ਸਹੀ ਜਵਾਬ ਤੇ 5 ਪੁਆਇੰਟਸ ਹੋਰ ਲਗਾਤਾਰੀ ਠਾਠਾ ਜਵਾਬ ਦੇ ਕੇ 15 ਪੁਆਇੰਟਸ ਤੋਂ ਕੋਈ ਗੱਲ ਨਹੀਂ ਅਗਲਾ ਸਵਾਲ ਇੰਡੀਆ ਦੀ ਸਭ ਤੋਂ ਪੁਰਾਣੀ ਡਿਸਕੁਆਲੀਫਾਈ ਥੈਂਕ ਯੂ ਸਵਾਲ ਨਹੀਂ ਖਤਮ ਹੋਇਆ ਤੇ ਤੁਸੀਂ ਆਊਟ ਹੋ ਗਏ ਆਊਟ ਹੋ ਗਏ ਚਲੋ ਕੋਈ ਨਹੀਂ ਹੁਣ ਪੂਰਾ ਕਰੋ ਤੁਸੀਂ ਹਾਂ ਚਾਹ ਦੇ ਵਿੱਚ ਮੈਨੂੰ ਲੱਗਿਆ ਮੈਂ ਕਿਤਾ ਹੀ ਨਹੀਂ ਕਿੰਨਾ ਚਲੋ ਕੋਈ ਗੱਲ ਨਹੀਂ ਤੁਸੀਂ ਕੰਟੀਨਿਊ ਸਵਾਲ ਰਿਪੀਟ ਕਰਦੀ ਆ ਮੈਂ ਇੰਡੀਆ ਦੀ ਸਭ ਤੋਂ ਪੁਰਾਣੀ ਗੇਮ ਕਿਹੜੀ ਹੈ ਤੁਹਾਡੇ ਆਪਸ਼ਨਸ ਨੇ ਪਹਿਲਾਂ ਕਿੰਨਾ ਨਹੀਂ ਦੱਬਿਆ ਮੈਂ ਉਹਨਾਂ ਨਹੀਂ ਦੱਬਿਆ ਉਹਨਾਂ ਨਹੀਂ ਦੱਬਿਆ ਇਹ ਜੈਨੂਅਨ ਸੀ ਤੁਸੀਂ ਦੱਸਤਾ ਰੈਸਲਿੰਗ ਕਬੱਡੀ ਜਾਂ ਹਾਕੀ ਛੇਤੀ ਜਵਾਬ ਦੇ ਰੈਸਲਿੰਗ ਸ਼ੋਰ ਸ਼ੋਰ ਸਹੀ ਜਵਾਬ ਵੈਰੀ ਗੁੱਡ 5 ਪੁਆਇੰਟ ਸੋਰ ਲੈ ਕੇ ਜਾ ਚੁੱਕੇ ਨੇ ਕੀ ਯਾਰ ਬੈਕ ਟੂ ਬੈਕ ਚਲੋ ਤੇ ਹੁਣ ਪੰਜਵਾਂ ਸਵਾਲ ਸਕਰੀਨ ਤੇ ਹੋਏਗਾ ਓਕੇ ਇੱਥੇ ਤੁਹਾਨੂੰ ਇੱਕ ਕਲਰ ਦਿਖਾਇਆ ਜਾਊਗਾ ਤੁਸੀਂ ਉਸ ਕਲਰ ਦੇ 5 ਨੈਚੁਰਲ ਆਬਜੈਕਟ ਦੱਸਣੇ ਨੇ 30 ਸੈਕਿੰਡ ਦੇ ਵਿੱਚ 1 ਮਿੰਟ ਇੱਕ ਨੈਚੁਰਲ ਆਬਜੈਕਟ ਦੱਸਣੇ ਆ ਹਾਂਜੀ ਇਹ ਮੈਨੂੰ ਸਵਾਲ ਹੀ ਨਹੀਂ ਸਮਝਿਆ ਮਤਲਬ ਕੁਦਰਤੀ ਹਰਾ ਹੋਇਆ ਤਾਂ ਦਿਨ ਸਾਰਾ ਕੁਝ ਐਵਰੀਥਿੰਗ ਗ੍ਰੀਨ ਜੋ ਨੈਚੁਰਲ ਬਾਹਰ এনवायरमेंट ਦੇ ਵਿੱਚ ਹੁੰਦਾ ਚਲੋ ਰੈਡੀ ਸਬਜ਼ੀਆਂ ਪੱਤੇ ਤੁਸੀਂ ਰਹਿਣ ਦੋ ਦੱਸੋ ਨਾ ਨਹੀਂ ਜਸਟ ਉਦਾਂ ਨਹੀਂ ਮੈਨੂੰ ਸਮਝਾਉਣਾ ਤਾਂ ਪਊਗਾ ਨਾ ਕੁਐਸਚਨ ਹਾਂਜੀ ਸਮਝ ਗਏ ਜਿਵੇਂ ਇੰਗਲਿਸ਼ ਨੇ ਆਉਂਦੀ ਪੰਜਾਬੀ ਦੱਸ ਦਿਓ ਮੰਨ ਲਓ ਰੈੱਡ ਕਲਰ ਆ ਤਾਂ ਰੈੱਡ ਦੇ ਐਪਲ ਹੋ ਗਿਆ ਸਟ੍ਰਾਬੇਰੀ ਹੋ ਗਈ ਐਦਾਂ ਨੈਚੁਰਲ ਅੱਛਾ ਓਕੇ ਠੀਕ ਹੈ ਜੀ ਬਟ ਐਦੇ ਚ ਸਿਰਫ ਇੱਕ ਜਣਾ ਹੀ ਜਵਾਬ ਦੇ ਸਕਦਾ ਜਿਹੜਾ ਪਹਿਲਾਂ ਬਜ਼ਰ ਦਬੂਗਾ ਓਕੇ ਰੈਡੀ ਠੀਕ ਹੈ ਟਾਈਮਰ ਸੈੱਟ ਕਰ ਲਾਂ ਮੈਂ ਤੇ ਤੁਹਾਡਾ ਉਹ ਕਲਰ ਹੈ ਅਰੇ ਹਾਂਜੀ ਸਭ ਤੋਂ ਪਹਿਲਾਂ ਰੂਪੀ ਨੇ ਬਜ਼ਰ ਪ੍ਰੈਸ ਕੀਤਾ ਹਾਂਜੀ ਓਕੇ ਗ੍ਰਾਸ ਹੈ ਹਾਂ ਨਹੀਂ ਦੱਸੋ ਛੇਦੀ ਛੇਦੀ ਦੱਸੋ ਮੈਂ ਤਾਂ ਭੋਲੇ ਪੰਚ ਬੋਲ ਨਹੀਂ ਸਿਰਿਆ ਉਦਾਂ ਹੀ ਵੀ ਲੈਣਾ ਨਾ ਫਿਰ ਓਕੇ ਗ੍ਰਾਸ ਹਾਂਜੀ ਪੈਰਟ ਉਹ ਤੋਂ ਬਾਅਦ ਆਪਣਾ ਪੱਤੇ ਓਕੇ ਪੱਤੇ ਪੱਤੇ ਨੂੰ ਕੀ ਹੈ ਕਿੰਨਾ ਟਾਈਮ ਹੈ ਤੁਹਾਡੇ ਕੋਲ ਨਹੀਂ ਪੱਤਾ ਗੋਭੀ ਕਿੰਨਾ ਟਾਈਮ ਹੈ ਤੁਹਾਡੇ ਕੋਲ ਤੇ ਗ੍ਰੀਨ ਸਿਗਨਲ ਉਹ ਨਾ ਨਹੀਂ ਗ੍ਰੀਨ ਸਿਗਨਲ ਅੱਛਾ ਨੈਚੁਰਲ ਦੱਸਣੀ ਹੈ ਨੈਚੁਰਲ ਕਿੰਨਾ ਟਾਈਮ ਹੈ ਤਾਂ ਕੀ ਰਾ ਡਨ ਠੀਕ ਹੈ ਹੋ ਗਏ ਵੈਰੀ ਗੁੱਡ ਐਸੇ ਦੇ ਨਾਲ ਹੀ 5 ਪੁਆਇੰਟਸ ਸਿੱਧਾ ਲੈ ਕੇ ਜਾ ਚੁੱਕੇ ਵੈਸੇ ਮੈਂ ਭਾਜੀ ਥੈਂਕ ਯੂ ਮੈਨੂੰ ਸ਼ੱਕ ਜਿਹਾ ਸੀਗਾ ਕਿ ਮੈਂ ਪਹਿਲਾਂ ਨਹੀਂ ਦੱਬਿਆ ਪਰ ਹਾਂ ਥੈਂਕਸ ਬਟ ਨਜ਼ਰਾਂ ਤੇਜ਼ ਨੇ ਪੂਰੀਆਂ ਮੇਰੀ ਟੀਮ ਦੀਆਂ ਡਨ ਥੈਂਕ ਯੂ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਹੁੰਦੇ ਹੁੰਦੇ ਤੇ ਹੁਣ ਅਗਲਾ ਸਵਾਲ ਸਨਲਾਈਟ ਨਹੀਂ ਹੁਣ ਨਹੀਂ ਹੁਣ ਓਕੇ ਅਗਲਾ ਸਵਾਲ ਸਨਲਾਈਟ ਨੂੰ ਧਰਤੀ ਤੱਕ ਆਉਣ ਚ ਕਿੰਨਾ ਟਾਈਮ ਲੱਗਦਾ ਸਭ ਤੋਂ ਪਹਿਲਾਂ ਜਿਵੇਂ ਉਹਨਾਂ ਨੇ ਮੇਰਾ ਲੱਪਿਆ ਮੈਂ ਆਪਸ਼ਨਸ ਨੇ ਇਹ ਮੈਨੂੰ ਆਨਸਰ ਪਤਾ ਪਰ ਮੈਨੂੰ ਆਪਸ਼ਨਾਂ ਦਾ ਪਤਾ ਲੱਗ ਜੂਗਾ ਹਾਂ 10 ਮਿੰਟ 6 ਮਿੰਟ ਜਾਂ 8 ਮਿੰਟ 10 ਮਿੰਟ ਸੀਰੀਅਸਲੀ ਗਲਤ ਹਾਂਜੀ ਤੁਸੀਂ ਦੱਸਣਾ ਚਾਹੋਗੇ ਸੈਕਿੰਡ ਆਪਸ਼ਨ ਸਿਸਟਮ ਦੇ ਦੁਆਰਾ ਹਮ ਤਾਂ ਦੋ ਹੀ ਰਹਿ ਗਏ 6 ਮਿੰਟ ਜਾਂ 8 ਮਿੰਟ 3 ਮਿੰਟ ਉਹਨਾਂ ਨੇ ਜਵਾਬ ਦਿੱਤਾ ਤਾਂ ਤੁਹਾਡੇ ਕੋਲ ਦੋ ਆਪਸ਼ਨਸ ਰਹਿ ਗਏ 6 ਤੇ 8 ਆਨਸਰ ਦੇ ਦਿਓ ਮੈਂ ਸੋਚ ਰਹੀ ਹਾਂ ਅੱਛਾ ਮੈਂ ਗਲਤ ਜਵਾਬ 8 ਮਿੰਟ 8 ਮਿੰਟ ਇੰਨਾ ਟਾਈਮ ਲੱਗਦਾ ਯਾਰ ਚਲੋ ਕੋਈ ਗੱਲ ਨਹੀਂ ਵਾਟ ਅ ਫੈਕਟ ਨਾ ਅਗਲਾ ਸਵਾਲ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਯੂਪੀਆਈ ਲਾਂਚ ਕੀਤਾ ਗਿਆ ਹਾਂਜੀ ਜਿਵੇਂ ਕਿ ਉਹਨਾਂ ਨੇ ਬਜ਼ਰ ਦੱਬਿਆ ਸਭ ਤੋਂ ਕਿੱਦਾਂ ਪਤਾ ਚੱਲਿਆ ਇਹ ਤਾਂ ਇਹ ਉਦਾਂ ਹੀ ਜਾਣ ਲੈਂਦੇ ਆ ਇਦਾਂ ਦੱਬ ਕੇ ਫਿਰ ਆਪਸ਼ਨ ਸੁਣ ਕੇ ਹਾਂ ਵੀ ਹੋ ਜਾਏਗਾ ਸਿਸਟਮ ਹੋਰ ਇੰਦਰ ਪਤਾ ਨਹੀਂ ਯਾਰ ਪਤਾ ਹੈ ਵੈਸੇ ਆਪਸ਼ਨ ਚਲੋ ਨਾ ਬਿਨਾ ਆਪਸ਼ਨ ਦੇ ਦੱਸੋ ਵੈਸੇ ਤੁਹਾਨੂੰ ਪਤਾ ਤੁਸੀਂ ਦੱਸੋ ਬਿਨਾ ਆਪਸ਼ਨ ਦੇ ਗੇਮ ਹੀ ਹੈ ਨਹੀਂ ਨਹੀਂ ਤੁਸੀਂ ਇਹ ਦੇਖ ਲਓ ਇਹ ਕਹਿੰਦੇ ਵੈਸੇ ਮੈਨੂੰ ਪਤਾ ਹੈ ਪਰ ਮੈਨੂੰ ਆਪਸ਼ਨਸ ਵੀ ਦੱਸੋ ਆਮ ਵੈਰੀ ਹੈਪੀ ਗਾਇਸ ਦੱਸੋ
मेरे कहने का मतलब है कि मैं आंसर पता है 80% बट आई नीड टू बी 100% श्योर देन आई विल लिसन द ऑप्शन फर्स्ट देन आई विल आंसर ਤੇ ਤੁਸੀਂ ਬਿਨਾ ਆਪਸ਼ਨ ਸੁਣੇ ਵੀ ਬਜ਼ਰ ਦੱਬ ਸਕਦੇ ਹੋ ਹਾਂਜੀ ਉਹ ਤਾਂ ਚਲੋ ਪਤਾ ਹੀ ਹੈ ਪਰ ਅਸੀਂ ਤਾਂ ਉਹਨਾਂ ਦੇ ਕੌਨਫੀਡੈਂਸ 'ਚ ਸੀਗੇ ਕਿ ਪਰ ਮੇਰਾ ਤਾਂ ਲੋ ਹੋ ਗਿਆ ਥੋੜਾ ਜਿਹਾ ਅਰੇ ਨਹੀਂ ਅੱਗੇ ਕੋਈ ਨਹੀਂ ਅੱਗੇ 10-10 ਪੁਆਇੰਟ ਦੇ ਸਵਾਲ ਹੈ ਸੁਣਾਉਣੇ ਹੈ ਉਧਰ ਯਾਰ ਸੋਚੋ ਜੇ ਮੈਂ ਗਲਤ ਵੀ ਹੋਊਂਗਾ ਤਾਂ ਉਹਦਾ ਫਾਇਦਾ ਕਿੰਨੂ ਹੋਊਗਾ ਹਾਂ ਜੇ ਉਹਨਾਂ ਨੇ ਪਹਿਲਾਂ ਹੀ ਗਲਤ ਜੇ ਮੈਂ ਪਹਿਲਾਂ ਗਲਤ ਆਨਸਰ ਦੇਣਾ ਤਾਂ ਉਹਦਾ ਫਿਰ ਫਾਇਦਾ ਕਿੰਨੂ ਤੁਸੀਂ ਤਾਂ ਗਲਤ ਹੋਏ ਨਹੀਂ ਨਾ ਹੋਏ ਕੋਈ ਨਹੀਂ ਹੋਏ ਤੁਸੀਂ ਦੋਵੇਂ ਗਲਤ ਹੋ ਗਏ ਇੱਕ ਤਾਂ ਬਿਲਕੁਲ ਸਹੀ ਜਵਾਬ 2016 ਦੇ ਵਿੱਚ ਇੰਡੀਆ ਓਹੋ ਮੈਨੂੰ ਸੱਚੀ ਉਹ ਪਤਾ ਸੀ ਜੇ ਮੇਰੀ ਪਹਿਲੀ ਆਪਸ਼ਨ ਹੁੰਦੀ ਨਾ ਮੈਂ ਵੀ ਜਾਪਾਨ ਬੋਲ ਦੇਣਾ ਸੀ ਟੈਕਨੋਲੋਜੀ ਦੇ ਹਿਸਾਬ ਨਾਲ ਉਹ ਫਿਰ ਉਹ ਟ੍ਰਿਕੀ ਅਸੀਂ ਰੱਖਿਆ ਨਾ ਕੋਈ ਗੱਲ ਨਹੀਂ ਉਲਝਾਉਣ ਲਈ ਵੈਰੀ ਗੁੱਡ 5 ਪੁਆਇੰਟਸ ਲੈ ਗਏ ਨੇ ਥੈਂਕ ਯੂ ਤੇ ਹੁਣ ਇਸ ਰਾਉਂਡ ਦਾ ਲਾਸਟ ਸਵਾਲ ਸਕਰੀਨ ਤੇ ਹੋਏਗਾ ਫਿਰ ਤੋਂ ਇੱਥੇ ਤੁਹਾਨੂੰ ਇੱਕ ਡਿਸ਼ ਦਿਖਾਈ ਜਾਊਗੀ ਤੁਸੀਂ ਉਸ ਡਿਸ਼ ਦੇ 5 ਇਨਗਰੀਡੀਐਂਟ ਦੱਸਣੇ ਨੇ ਲੈ ਠੀਕ ਹੈ 30 ਸੈਕਿੰਡ ਦੇ ਵਿੱਚ ਤੇ ਮੈਂ ਟਾਈਮਰ ਲਗਾ ਲਾਂ ਤੇ ਉਹ ਡਿਸ਼ ਹੈ ਹਾਂਜੀ ਸਭ ਤੋਂ ਪਹਿਲਾਂ ਗੁਰਨਾਮ ਜੀ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਡਿਸ਼ ਦਾ ਸਾਗ ਹਾਂਜੀ ਹਾਂਜੀ ਇਹਦੇ ਪਾਣੀ ਵੀ ਦੱਸਣਾ ਹੈ ਲੂਣ ਮਿਰਚ ਮਸਾਲਾ ਸਾਗ ਤੇ ਕਿਉ ਠੀਕ ਹੈ ਹੋਰ ਵੀ ਦੱਸਣਾ ਪੰਜ ਦੱਸਣੇ ਸੀ ਵੈਸੇ ਮੱਖਣ ਵੀ ਬਾਅਦ ਚ ਪਾ ਲਈਏ ਪਿਆਜ ਵੀ ਪਾ ਲਈਏ ਟਮਾਟਰ ਵੀ ਪਾ ਲਈਏ ਤੜਕਾ ਲਾਉਣ ਲਈ ਓਕੇ ਠੀਕ ਹੈ ਸੱਤ ਅੜ ਦੱਸਦੇ ਮੰਨ ਗਏ ਬਿਲਕੁਲ ਸਹੀ ਤੇ 5 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਵੈਰੀ ਗੁੱਡ ਓਕੇ ਮੈਨੂੰ ਲੱਗਾ ਤੁਸੀਂ ਬਰੀਕੀ ਵਾਲੇ ਵੀ ਦਉਂਗੇ ਮੇਥੀ ਪਾਲਕ ਬਾਥੂ ਹਾਂਜੀ ਉਹ ਪਤਾ ਨਹੀਂ ਨਾ ਹੁਣ ਉਹ ਕਿਹੜਾ ਸੀਗਾ ਮੈਂ ਗਲਤ ਨਾ ਹੋ ਜਾਵਾਂ ਨਹੀਂ ਸਾਗ 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 ਓਏ ਓਏ ਵੈਰੀ ਗੁੱਡ ਤੇ ਇਸੇ ਦੇ ਨਾਲ ਹੀ 25 ਪੁਆਇੰਟ ਹੋ ਗਏ ਇਹਨਾਂ ਦੀਆਂ ਗੇਮਾਂ ਬਹੁਤ ਲੜਾਉਂਦੀਆਂ ਇੱਕ ਰੀ ਮੈਂ ਤਾਂ ਸਰਗੂ ਲੜਦੇ ਸੁਰਖੀ ਬਿੰਦੀ ਚ ਨਹੀਂ ਦੇਖੋ ਆਪਾਂ ਇੱਕ ਟੀਮ ਆ ਸਾਰੇ ਜਿਹੜਾ ਗਿਫਟ ਹੋਊਗਾ ਮੈਂ ਤੁਹਾਨੂੰ ਦੱਸ ਦਿੰਦਾ ਨਹੀਂ ਦੇਣਾ ਮੈਨੂੰ ਹਾਂ ਨਹੀਂ ਦੇਣਾ ਵੈਸੇ ਨਾ ਮੋਸਟਲੀ ਇਹ ਹੁੰਦਾ ਵੀ ਜਿਹੜੇ ਕਹਿੰਦੇ ਕੋਈ ਨਾ ਜਿਹੜਾ ਮਰਜ਼ੀ ਜਿੱਤੇ ਜਿਹੜਾ ਵੀ ਕੁਝ ਮਿਲੋ ਤੇ ਉਹ ਜਿੱਤਰ ਹੀ ਹੁੰਦੇ ਆ ਵੰਡ ਕੇ ਖਾ ਲੈਣ ਖਾ ਲਾਂਗੇ ਖਾਵਾਂਗੇ ਵੰਡ ਕੇ ਖਾਵਾਂਗੇ ਹੋਊਗਾ ਇਹਨਾਂ ਨੂੰ ਜ਼ਰੂਰ ਦਵਾਂ ਯਾਰ ਸਾਨੂੰ ਜ਼ਰੂਰ ਕੀ ਪਤਾ ਖਾਣ ਵਾਲੀ ਚੀਜ਼ ਨਾ ਹੋਵੇ ਹਾਂਜੀ ਕੀ ਪਤਾ ਖਾਣ ਵਾਲੀ ਹੋਵੇ ਨਾ ਚੀਜ਼ ਖਾਣ ਵਾਲੀ ਹੈ ਜਿਹੜੀ ਗਿਫਟ ਮਿਲਦੀ ਹੈ ਕੀ ਪਤਾ ਹੈਂਪਰ ਹੈ ਯੂ ਨਹੀਂ ਆ ਤੂੰ ਐਵੇਂ ਟਾਈਮ ਬਿਲਕੁਲ ਸਹੀ ਗੈਸ ਕੀਤਾ ਨਾ ਐਵੇਂ ਲੜੀ ਜਾਂਦੇ ਆਪਾਂ ਆਹੋ ਐਵੇਂ ਗਲਤ ਫਿਲਮ ਦੀਆਂ ਗੱਲਾਂ ਵੀ ਕਰਾਂਗੇ ਯੈਸ ਲਾਸਟ ਟਾਈਮ ਤੁਹਾਨੂੰ ਡਾਇਮੰਡ ਸੌਂਗ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਹੁਣ ਸਿੱਧਾ ਤੁਸੀਂ ਫਿਲਮ 'ਚ ਮਿਲੇ ਹੋ ਇੱਕ ਹੀ ਵਿਚਾਲੇ ਕੋਈ ਹੋਰ ਪਲਾਨ ਨਹੀਂ ਬਣਿਆ ਕਿ ਸਿੱਧਾ ਇਹੀ ਫਿਲਮ ਵਾਲੀ ਡੀਲ ਹੋਈ ਸੀ ਜੀ ਗੱਲ ਬਣੀ ਹੋਈ ਨਹੀਂ ਗਈ ਪਰ ਸੋ ਦੈਟਸ ਵਾਈ ਹੁਣ ਅਸੀਂ 5 ਸਾਲ ਬਾਅਦ ਮਿਲੇ ਆ ਮਤਲਬ ਵਿੱਚ ਗੱਲ ਪਰ ਮੇਰੇ ਖਿਆਲ 'ਚ ਅਸੀਂ ਟਰਾਈ ਕਰਦੇ ਰਹੇ ਬਟ ਕੁਝ ਉਹ ਜਿਹਾ ਮੈਚ ਅਪ ਨਹੀਂ ਹੋਇਆ ਫਾਈਨਲੀ ਵੀ ਗਾਟ ਦਾ ਸਕ੍ਰਿਪਟ ਰਾਈਟ ਟਾਈਮ ਰਾਈਟ ਟੀਮ ਰਾਈਟ ਡੈਸਟੀਨੀ ਤੇ ਗੁਰਨਜ਼ਰ ਤੁਹਾਡੀ ਡੈਬਿਊ ਮੂਵੀ ਹੈ ਹਨਾ ਹਾਂਜੀ ਤੇ ਡੈਬਿਊ ਹੀ ਐਜ਼ ਅ ਵਿਲਨ ਯੈਸ ਹੁੰਦਾ ਨਾ ਕਿ ਨਾਲ ਵਾਲੇ ਹੁੰਦੇ ਕਿ ਯਾਰ ਤੂੰ ਮਤਲਬ ਹੀਰੋ ਬਣ ਕੇ ਉਹ ਕਰਨਾ ਸੀ ਵਿਲਨ ਨੂੰ ਨਾਲ ਵਾਲੇ ਵੀ ਸਾਰੇ ਇਹੋ ਜਿਹੇ ਖੁਸ਼ ਹੋ ਮੇਰੇ ਇਸ ਤੋਂ ਬਹੁਤ ਜ਼ਿਆਦਾ ਬਾਹ ਇਹ ਨਹੀਂ ਤਾਂ ਹੁੰਦਾ ਨਾ ਕਈ ਵਾਰ ਨਾਲ ਵਾਲੇ ਵੀ ਨਹੀਂ ਨਹੀਂ ਵਿਲਨ ਬਣ ਕੇ ਤੂੰ ਕੀ ਕਰਨਾ ਨਹੀਂ ਆਪਣੇ ਵਾਲੇ ਚ ਇਹੋ ਜਿਹੇ ਕੋਈ ਵੀ ਨਹੀਂ ਸਭ ਖੁਸ਼ ਹੈ ਸਭ ਥੋੜੇ ਕਰਪਟ ਹੈ ਮੇਰੇ ਵਾਲੇ ਤੋਂ ਵਾਲੇ ਬੜੇ ਵਿਲਨ ਤੁਹਾਨੂੰ ਪਸੰਦ ਆਏਗਾ ਸਾਰਿਆਂ ਨੂੰ ਹਾਂ ਟ੍ਰੇਲਰ ਤੋਂ ਇਵਨ ਕਿ ਮੈਨੂੰ ਵੀ ਬਹੁਤ ਖੁਸ਼ੀ ਹੈ ਕਰਕੇ ਮੈਨੂੰ ਹਾਂ ਮੈਨੂੰ ਸੱਚੀ ਦੱਸਾਂ ਸ਼ਾਇਦ ਮੈਂ ਹੀਰੋ ਬਣ ਕੇ ਨਾ ਖੁਸ਼ ਨਾ ਹੁੰਦਾ ਜਿੰਨਾ ਮੈਂ ਵਿਲਨ ਬਣ ਕੇ ਹੋਇਆ ਓ ਵੈਰੀ ਹੈਪੀ ਪ੍ਰਿੰਸ ਯੈਸ ਪੂਰੀ ਇੰਡਸਟਰੀ ਪਿੱਛੇ ਲਾਈ ਹੋਈ ਦੱਬ ਕੇ ਰੱਖਣਾ ਮੈਂ ਸਾਰਾ ਬਹੁਤ ਕੀ ਬਾਤ ਹੈ ਲੋਕ ਇੰਨਾ ਪਿਆਰ ਕਰਦੇ ਆ ਤੁਸੀਂ ਜਿਵੇਂ ਹਨਾ ਮਤਲਬ ਬਾਹਰਲੇ ਮੁਲਕ ਰਹਿੰਦੇ ਹੋ ਬਟ ਫਿਰ ਵੀ ਤੁਸੀਂ ਜਦੋਂ ਪੰਜਾਬੀ ਬੋਲਦੇ ਤੇ ਐ ਮੂੰਹ ਚੋਂ ਤੜਕ ਤੜਕ ਪੂਰੀ ਠੇਠ ਠੇਠ ਪੰਜਾਬੀ ਉਹ ਥੋੜਾ ਉਹ ਲੱਗਦਾ ਕਿ ਨਹੀਂ ਇਹ ਕੁੜੀ ਦੇ ਮੂੰਹੋਂ ਇੰਨੀ ਠੇਠ ਪੰਜਾਬੀ ਨਹੀਂ ਨਿਕਲ ਸਕਦੀ ਜਦੋਂ ਤੁਸੀਂ ਇਹਨਾਂ ਨੂੰ ਸੁਣਿਆ ਸੀ ਜਦੋਂ ਤੁਹਾਡੀ ਮਤਲਬ ਜਦੋਂ ਪਹਿਲੀ ਇੰਟਰੈਕਸ਼ਨ ਹੋਈ ਤਾਂ ਤੁਹਾਨੂੰ ਯਕੀਨ ਹੋਇਆ ਸੀ ਕਿ ਬਟ ਮੈਂ ਕੈਨੇਡਾ ਦੇ ਸਾਰੇ ਬੱਚਿਆਂ ਲਈ ਕਹਿਣਾ ਚਾਹੂੰਗਾ ਕਿ ਮਤਲਬ ਸਰੀ ਦੇ ਵਿੱਚ ਜਿੱਥੇ ਰੂਪੀ ਵੱਡੀ ਹੋਈ ਆ
ਉੱਥੇ ਸਾਰੇ ਠੇਠ ਬੋਲਦੇ ਆ ਮਤਲਬ ਤੁਸੀਂ ਇਹੋ ਜਿਹੀ ਗੱਲ ਨਹੀਂ ਕਿ ਕੈਨੇਡਾ ਵਾਲਿਆਂ ਨੂੰ ਪੰਜਾਬੀ ਨਹੀਂ ਆਉਂਦੀ ਕਈ ਵਾਰੀ ਮੈਂ ਇਹ ਵੀ ਫੀਲ ਕਰਦਾ ਕਿ ਯਾਰ ਉੱਥੋਂ ਦੇ ਜਵਾਕ ਸ਼ਾਇਦ ਜ਼ਿਆਦਾ ਜੁੜੇ ਹੋਏ ਪੰਜਾਬੀਅਤ ਨਾਲ ਜਿਹੜੇ ਅਸੀਂ ਜਿਵੇਂ ਉਹ ਕਹਿੰਦੇ ਘਰ ਦਾ ਜੋਗੀ ਜੋਗੜਾ ਬਾਹਰਲਾ ਸਿੱਧ ਸੱਚੀ ਗੱਲ ਇਹ ਹੋ ਜਾਣੀ ਹੈ ਵੀ ਉਹ ਕੈਨੇਡਾ ਵਾਲਿਆਂ ਨੇ ਸਿੱਧ ਕਰ ਲੈਣੀ ਹੈ ਪੰਜਾਬੀ ਕੀ ਬਾਤ ਹੈ ਤੇ ਇੱਦਾਂ ਹੀ ਤੁਸੀਂ ਲੱਗੇ ਰਹੋ ਠੇਠ ਪੰਜਾਬੀ ਮਾਂ ਬੋਲੀ ਦੱਬ ਕੇ ਖਿੱਚੀ ਚੱਲੋ ਅਤੇ ਹੁਣ ਮੈਂ ਅਨਾਊਂਸ ਕਰਨ ਲੱਗੀ ਹਾਂ ਪੁਆਇੰਟਸ ਜੀ ਡਨ ਗੁਰਨਜ਼ਰ ਜੀ ਤੁਸੀਂ ਉਹ 10 ਪੁਆਇੰਟਸ ਤੇ ਰੂਪੀ ਜੀ ਨਾ ਦੱਸਾਂ ਠੀਕ ਹੈ ਗੁਰਨਾਮ ਜੀ ਤੁਸੀਂ ਉਹ 25 ਪੁਆਇੰਟਸ ਤੇ ਵੈਰੀ ਗੁੱਡ ਲੀਡ ਕਰ ਰਹੇ ਨੇ ਗੁਰਨਾਮ ਥੈਂਕ ਯੂ ਤੇ ਹੁਣ ਵੱਧਦੇ ਹਾਂ ਅਗਲੇ ਰਾਊਂਡ ਵੱਲ ਜਿਹਦਾ ਨਾਮ ਹੈ ਬੋਨਸ ਰਾਊਂਡ ਓਕੇ ਹੁਣ ਜਿੱਤਣਾ ਮੈਂ ਇਹ ਰਾਊਂਡ 'ਚ ਬੇਸਿਕਲੀ ਇੱਕ ਟਾਸਕ ਹੈ ਜੋ ਤੁਹਾਨੂੰ ਕਰਨਾ ਪਏਗਾ ਤੇ ਇਹ ਟਾਸਕ ਸਭ ਤੋਂ ਪਹਿਲਾਂ ਜੋ ਵੀ ਕੰਪਲੀਟ ਕਰੇਗਾ ਉਹਨੂੰ ਸਿੱਧਾ 30 ਪੁਆਇੰਟਸ ਮਿਲਣਗੇ ਤੇ ਹੁਣ ਹਾਂਜੀ ਜਿਹੜਾ ਇਹ ਟਾਸਕ ਹੈ ਜੀ ਉਹ ਬੇਸਿਕਲੀ ਇਹ ਹੈ ਕਿ ਤੁਸੀਂ ਕਿਸੇ ਵੀ ਆਪਣੇ ਫਰੈਂਡ ਨੂੰ ਜਾਂ ਫੈਮਿਲੀ ਮੈਂਬਰ ਦੇ ਮੂੰਹੋਂ ਟਾਈਮ ਟਾਈਮ ਦੀ ਗੱਲ ਬੁਲਵਾਉਣਾ ਤੇ ਜਿਹੜਾ ਪਹਿਲਾਂ ਬੁਲਵਾ ਗਿਆ ਉਹ 30 ਨੰਬਰ ਪਾ ਗਿਆ ਤੇ ਤੁਹਾਡਾ ਟਾਈਮ ਸ਼ੁਰੂ ਹੋ ਚੁੱਕਿਆ ਨਾਓ ਹੈਲੋ ਬੋਲੀ ਟਾਈਮ ਟਾਈਮ ਦੀ ਗੱਲ ਤੇ ਇਸੇ ਦੇ ਨਾਲ ਹੀ ਜਿਹੜੇ ਪੁਆਇੰਟਸ ਨੇ 30 ਪੁਆਇੰਟਸ ਗੁਰਨਜ਼ਰ ਤੁਹਾਨੂੰ ਮਿਲਦੇ ਨੇ ਵੈਰੀ ਗੁੱਡ ਯਾਨੀ ਟੋਟਲ 40 ਹਾਂ ਟੋਟਲ 40 ਤੇ ਆ ਚੁੱਕੇ ਹੋ ਤੁਸੀਂ ਤੇ ਹੁਣ ਵੱਧਦੇ ਆ ਅਗਲੇ ਰਾਊਂਡ 30 ਪੁਆਇੰਟਸ ਦਾ ਰਾਊਂਡ ਹੈ 10 ਪੁਆਇੰਟਸ ਦਾ 30 ਇੱਕ ਆਨਸਰ ਦੇ 30 ਪੁਆਇੰਟਸ ਇਹ ਟਾਸਕ ਹੈ ਬੇਸਿਕਲੀ ਸਿੱਧਾ 30 ਪੁਆਇੰਟਸ ਓ ਠੀਕ ਹੈ ਜੀ ਸਿੱਧਾ ਮਤਲਬ ਹੁਣ ਲੀਡ ਕਰ ਰਹੇ ਨੇ ਗੁਰਨਜ਼ਰ ਠੀਕ ਹੈ ਤੇ ਹੁਣ ਵੱਧਦੇ ਆ ਆਪਾਂ ਅਗਲੇ ਰਾਊਂਡ ਵੱਲ ਜਿਹਦਾ ਨਾਮ ਹੈ ਪੋਲੀਵੁੱਡ ਰਾਊਂਡ ਇਹਦੇ 'ਚ ਵੀ ਤੁਹਾਨੂੰ ਉਹੀ 8 ਸਵਾਲ ਪੁੱਛੇ ਜਾਣਗੇ ਪਰ ਹਰ ਸਹੀ ਜਵਾਬ ਤੇ ਤੁਹਾਨੂੰ 10 ਪੁਆਇੰਟਸ ਮਿਲਣਗੇ ਜੀ ਛੇਤੀ ਕਵਰ ਅਪ ਕਰ ਸਕਦੇ ਇਜ਼ੀ ਇਹਦੇ 'ਚ ਵੀ ਆਈ ਮਾਰਨੀ ਹੈ ਬੈਲ ਮਾਰਨੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਮਜ਼ਾਕ ਕਰਦੀ ਹੈ ਮੈਂ ਵੀ ਟੈਸਟ ਕੀਤੀ ਹੈ ਵੀ ਚੱਲਦੀ ਹੈ ਟੈਸਟ ਕਰਦੇ ਸੀ ਅਸੀਂ ਮੈਂ ਕੱਢ ਲਈ ਸੀ ਹੁਣ ਇੱਕ ਵਾਰੀ ਤੇ ਤੁਹਾਡਾ ਪਹਿਲਾ ਸਵਾਲ ਐਮੀ ਵਿਰਕ ਦੀ ਐਜ਼ ਅ ਲੀਡ ਐਕਟਰ ਡੈਬਿਊ ਮੂਵੀ ਕਿਹੜੀ ਸੀ ਸਭ ਤੋਂ ਪਹਿਲਾਂ ਜਿਵੇਂ ਉਹਨਾਂ ਨੇ ਬਜ਼ਰ ਦੱਬਿਆ ਸੈਕਿੰਡ ਤੇ ਤੁਸੀਂ ਮੈਂ ਦੱਬਿਆ ਹਾਂਜੀ ਮੈਂ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਅੰਗਰੇਜ਼ ਅਰਦਾਸ ਜਾਂ ਬੰਬੂ ਘਾਟ ਬੰਬੂ ਘਾਟ ਸਹੀ ਜਵਾਬ ਵੈਰੀ ਗੁੱਡ 10 ਪੁਆਇੰਟ ਇਹਦੇ 10 ਪੁਆਇੰਟਸ ਇਹ 10 ਵਾਲੇ ਨੇ ਪਹਿਲਾਂ 5-5 ਵਾਲਾ ਸੀ ਉਹ ਬੋਨਸ ਸੀ ਨਾ ਓਕੇ 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 ਹਾਂਜੀ ਅਗਲਾ ਸਵਾਲ ਇਹਨਾਂ ਚੋਂ ਕਿਹੜਾ ਸੌਂਗ ਅਰਜਨ ਢਿੱਲੋਂ ਤੇ ਨਿਮਰਤ ਖਹਿਰਾ ਦਾ ਡਿਊਟ ਸੌਂਗ ਹੈ ਮੈਂ ਨੱਪਿਆ ਅੱਜਗੀ ਯਾਰ ਮੈਨੂੰ ਇਹਨਾਂ ਮੈਨੂੰ ਲੱਗਦਾ ਮੇਰਾ ਸੀ ਅੱਜਗੀ ਸੱਚੀ ਮੇਰਾ ਸੀਗਾ ਗੁਰਨਜ਼ਰ ਜੀ ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਮਿਲਦੇ ਆ ਸੂਟ ਜਾਂ ਕੀ ਕਰਦੇ ਜੇ ਕੀ ਕਰਦੇ ਜੇ ਡਿਊਟ ਹੈ ਨਾ ਕੀ ਕਰਦੇ ਜੇ ਬਿਲਕੁਲ ਸਹੀ ਜਵਾਬ ਵੈਰੀ ਗੁੱਡ 10 ਪੁਆਇੰਟਸ ਤੁਸੀਂ ਇਹਦਾ ਪੌਜ਼ ਕਾ ਤੋਂ ਲਿਆ ਹਾਂ ਨਹੀਂ ਮੈਨੂੰ ਪਹਿਲਾਂ ਲੱਗਿਆ ਡਿਊਟ ਨਹੀਂ ਹੈ ਨਾ ਹੋਵੇ ਅੱਛਾ ਡਿਊਟ ਹੈ ਓਕੇ ਅਗਲਾ ਸਵਾਲ ਇਹਨਾਂ ਚੋਂ ਕਿਹੜੀ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਦਾ ਨਾਮ ਲਾਟੂ ਸੀ ਹੁਣ ਮੈਂ ਲੱਪਿਆ ਰੂਪੀ ਜੀ ਨੇ ਦੱਬਿਆ ਹਾਂ ਤੇ ਤੁਹਾਡਾ ਆਬਵੀਅਸ ਹੀ ਨਾ ਹੋਇਆ ਅਰੇ ਨਹੀਂ ਕੰਫੀਡੈਂਸ ਸੈਕਿੰਡ ਮੇਰਾ ਸੀ ਹਾਂ ਸੈਕਿੰਡ ਤੁਹਾਡਾ ਸੀਗਾ ਥਰਡ ਇਹਨਾਂ ਦਾ ਤੇ ਤੁਹਾਡੇ ਆਪਸ਼ਨਸ ਨੇ ਛੜਾ ਹੌਸਲਾ ਰੱਖ ਜਾਂ ਡਿਸਕੋ ਸਿੰਘ ਡਿਸਕੋ ਸਿੰਘ ਵੈਰੀ ਗੁੱਡ 1 ਪੁਆਇੰਟ ਵੈਰੀ ਗੁੱਡ 10 ਪੁਆਇੰਟਸ ਸ਼ੁਕਰ ਥੈਂਕ ਯੂ ਖਤਮ ਇਹ ਜੀ ਬੈਲ ਲੇਟ ਚੱਲਦੀ ਹੈ ਯਾਰ ਤੁਹਾਨੂੰ ਵੀ ਪਾਇਆ ਚਲੋ ਮੈਂ ਰਿਲੈਕਸ ਹਾਂ ਕਿ ਯਾਰ ਠੀਕ ਹੈ ਥੈਂਕ ਯੂ ਸੋ ਮਚ ਸਪੋਰਟ ਤੁਸੀਂ ਪੇਪਰ ਲੀਕ ਕਰ ਦੇਣਾ ਸੀ ਪਹਿਲਾਂ ਨਹੀਂ ਤੈਨੂੰ ਜਿੱਤ ਰਹੇ ਹੋ ਤੈਨੂੰ ਕਿ ਸੜੀ ਜਾਂਦੇ ਹੋ ਕਿੱਥੇ ਸੜੇ ਆ ਯਾਰ ਇਹ ਤਾਂ ਕਹਿ ਰਿਹਾ ਇਹਨੂੰ ਪਹਿਲਾਂ ਜਿਤਾ ਦੇਣਾ ਸੀ ਨਹੀਂ ਨਹੀਂ ਅਗਲਾ ਸਵਾਲ ਹੁਣ ਇੱਥੇ ਥੋੜਾ ਐਕਸਾਈਟਮੈਂਟ ਕਰ ਕੰਫੀਡੈਂਸ ਆ ਗਿਆ ਮੈਨੂੰ ਥੋੜਾ ਜਿਹਾ ਅੱਖ ਲਾਲ ਆ ਤੇ 3 ਸਟਾਰ ਕਨੇੜੇ ਆ ਇੰਸਪੈਕਟਰ ਜੋਗਿੰਦਰ ਸਿੰਘ ਨਾਲ ਮਸਖਰੀਆਂ ਲੱਗਦਾ ਮੌਤ ਨੇੜੇ ਤੇੜੇ ਆ ਐਡਾ ਇਹ ਤਾਂ ਫਿਨਿਸ਼ ਨਹੀਂ ਹੋਇਆ ਸੀ ਅਜੇ ਮੈਂ ਡਿਸਕੁਆਲੀਫਾਈ ਫਿਨਿਸ਼ ਨਹੀਂ ਸੀ ਹੋਇਆ ਹਾਂਜੀ ਚਲੋ ਮੈਂ ਡਿਸਕੁਆਲੀਫਾਈ ਹੋ ਚਲੋ ਹਾਂ ਅਬ ਤੂੰ ਹੀ ਕਿ ਦੱਬਿਆ ਹਲੇ ਵੀ ਨਹੀਂ ਮੇਰਾ ਸਵਾਲ ਕੰਪਲੀਟ ਹੋਇਆ ਮੈਂ ਉਹਦੇ ਕਹਿ ਰਹੀ ਵੀ ਤੂੰ ਦੱਬਿਆ ਕਿਉਂ ਮੈਂ ਵੀ ਦੱਬਿਆ ਦੁਬਾਰਾ ਰਿਪੀਟ ਕਰਨ ਲੱਗੀ ਆ ਤੁਸੀਂ ਡਿਸਕੁਆਲੀਫਾਈ ਹੋ ਇਹ ਡਾਇਲੌਗ ਕਿਹੜੀ ਮੂਵੀ ਦਾ ਹੈ ਡਾਇਲੌਗ ਤਾਂ ਨਹੀਂ ਰਿਪੀਟ ਕਰਨ ਦੀ ਲੋੜ
ਜੇ ਇਹਨਾਂ ਦੋਨਾਂ ਨੂੰ ਆਇਆ ਫਿਰ ਤਾਂ ਮੈਨੂੰ ਆਪਸ਼ਨ ਮਿਲ ਸਕਦੀ ਹੈ ਨਹੀਂ ਉਹ ਸਿਰਫ ਉਹੀ ਹੈ ਰੂਲਸ ਨੇ ਕਿ ਦੋ ਹੀ ਮੌਕੇ ਮਿਲਣਗੇ ਤੀਜਾ ਮੌਕਾ ਨਹੀਂ ਤੇ ਆਪਸ਼ਨਸ ਨੇ ਮੇਲ ਕਰਾ ਦੇ ਰੱਬਾ ਜੱਟ ਐਂਡ ਜੂਲੀਅਟ 2 ਜਾਂ ਰੁਪਿੰਦਰ ਗਾਂਧੀ 2 ਹਾਂਜੀ ਰੁਪਿੰਦਰ ਗਾਂਧੀ ਤਾਂ ਪਹਿਲਾਂ ਕਰਤਾ ਸੀ ਇਹਨੇ ਵੈਸੇ ਪਰ ਚਲੋ ਕੋਈ ਨਹੀਂ ਨਹੀਂ 2 ਉਹਨਾਂ ਨੇ ਬੋਲਿਆ ਤੇ ਮੈਂ ਦੱਬਦਾ ਸੀਗਾ ਹਾਂਜੀ ਹਾਂਜੀ ਤੁਸੀਂ ਕੀ ਸਵਾਲ ਕੀ ਸੀ ਸੌਰੀ ਇਹਨਾਂ ਲੱਭੋ ਨਹੀਂ ਹਾਂ ਚਲੋ ਮੈਂ ਦੁਬਾਰਾ ਰਿਪੀਟ ਕਰਦੀ ਹਾਂ ਅੱਖ ਲਾਲ ਆ ਤੇ 3 ਸਟਾਰ ਕਨੇੜੇ ਆ ਇੰਸਪੈਕਟਰ ਜੋਗਿੰਦਰ ਸਿੰਘ ਨਾਲ ਮਸਖਰੀਆਂ ਲੱਗਦਾ ਮੌਤ ਨੇੜੇ ਤੇੜੇ ਆ ਇਹ ਡਾਇਲੌਗ ਕਿਹੜੀ ਮੂਵੀ ਦਾ ਹੈ ਤੇ ਤੁਹਾਡੇ ਆਪਸ਼ਨ ਸੀਗੇ ਮੇਲ ਕਰਾ ਦੇ ਰੱਬਾ ਜੱਟ ਐਂਡ ਜੂਲੀਅਟ 2 ਜੱਟ ਐਂਡ ਜੂਲੀਅਟ 2 ਬਿਲਕੁਲ ਸਹੀ ਜਵਾਬ ਵੈਰੀ ਗੁੱਡ 20 ਪੁਆਇੰਟ ਥੈਂਕ ਯੂ ਹਾਈ ਵੀ ਕਿੰਨੇ ਖੁਸ਼ ਹੁੰਦੇ ਆ ਮੇਰੇ ਘਰੀ ਤਰਸ ਆ ਰਿਹਾ ਹੁਣ ਨਹੀਂ ਨਹੀਂ ਆਇਆ ਅੱਛਾ ਦੇਖੋ ਅਗਲਾ ਸਵਾਲ ਫੇਰ ਤੋਂ ਸਕਰੀਨ ਤੇ ਹੈ ਇੱਥੇ ਤੁਹਾਨੂੰ ਇੱਕ ਅਲਫਾਬੈਟ ਦਿਖਾਇਆ ਜਾਊਗਾ ਤੁਸੀਂ ਉਸ ਅਲਫਾਬੈਟ ਤੋਂ ਸ਼ੁਰੂ ਹੋਣ ਵਾਲੀਆਂ 5 ਪੰਜਾਬੀ ਫਿਲਮਾਂ ਦੇ ਨਾਮ ਦੱਸਣੇ ਨੇ ਓ ਯਾਰ 30 ਸੈਕਿੰਡ ਦੇ ਵਿੱਚ 30 ਸੈਕਿੰਡ ਦੇ ਵਿੱਚ ਯੈਸ ਤੇ ਅਲਫਾਬੈਟ ਹੈ ਐਮ ਮੇਰਾ ਸੀ ਹਾਂਜੀ ਮੈਨੂੰ ਫੀਲ ਹੋਇਆ ਮੇਰਾ ਸੀ ਹੈ ਨਾ ਇੱਕ ਮਿੰਟ ਰੂਪੀ ਜੀ ਦਾ ਹਾਂਜੀ ਇੰਨਾ ਜ਼ਿਆਦਾ ਓਕੇ ਦੱਸੋ ਇੱਕ ਹੋਰ ਕਰੀਏ ਨਹੀਂ ਮੇਲ ਕਰਾ ਦੇ ਰੱਬਾ ਮਿੱਟੀ ਵਾਜਾ ਮਾਰਦੀ ਮੋ ਪਿਆਰ ਕਰਦਾ ਸਮਥਿੰਗ ਕੀ ਕੀ ਮੋ ਠੀਕ ਹੋ ਬਿਲਕੁਲ ਓਕੇ ਫਾਈਨਲੀ 1 ਸੈਕਿੰਡ ਰਹਿੰਦਾ ਸੀ 1 ਸੈਕਿੰਡ ਰਹਿੰਦਾ ਸੀ ਮੈਨੂੰ ਫੀਲ ਹੋਇਆ ਕਿ ਇੱਕ ਅੱਧਾ ਤਾਂ ਤੁਸੀਂ ਦੱਸਣਾ ਹੀ ਨਹੀਂ ਜਿੰਨੀ ਜ਼ੋਰ ਦੇ ਤੁਸੀਂ ਚਾਹੁੰਦੇ ਹੋ ਜੇ ਇੱਕ ਅੱਧਾ ਬੰਦਾ ਲਾ ਕੇ ਤੇ ਬੇਹੋਸ਼ ਕਰ ਦਿਓ ਸਵਾਲ ਪੁੱਛਦੇ ਪੁੱਛਦੇ ਤੇ ਇਸੇ ਦੇ ਨਾਲ ਹੀ 30 ਪੁਆਇੰਟਸ ਤੇ ਪਹੁੰਚ ਚੁੱਕੇ ਨੇ ਵੈਰੀ ਗੁੱਡ ਅਗਲਾ ਸਵਾਲ ਤੁਹਾਡਾ ਇਹ ਰਿਹਾ ਮੇਰੇ ਫੇਸ ਤੋਂ ਨਾ ਪੂਰਾ ਉਹ ਨਿਕਲ ਰਿਹਾ ਹੀਟ ਨਿਕਲ ਰਹੀ ਕਿਹੜੇ ਪੰਜਾਬੀ ਆਰਟਿਸਟ ਨੂੰ ਕਰਾਊਨ ਪ੍ਰਿੰਸ ਆਫ ਭੰਗੜਾ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਇੱਕ ਮਿੰਟ ਗੁਰਨਸਰ ਜੀ ਨੇ ਹਾਂ ਤੇ ਤੁਹਾਡੇ ਆਪਸ਼ਨਸ ਨੇ ਦਿਲਜੀਤ ਦੋਸਾਂਝ ਜੈਸੀ ਬੀ ਜਾਂ ਗਿੱਪੀ ਗਰੇਵਾਲ ਜੈਸੀ ਬੀ ਬਿਲਕੁਲ ਸਹੀ ਜਵਾਬ ਤੇ ਇਸੇ ਦੇ ਨਾਲ 10 ਪੁਆਇੰਟਸ 60 ਹੋ ਗਏ ਨਾ ਮੇਰੇ ਹਾਂਜੀ ਆਈ ਥਿੰਕ ਚਲੋ ਸਾਰੀ ਇੰਡਸਟਰੀ ਵਿੱਚ ਲਾਈਏ ਅਗਲਾ ਸਵਾਲ ਇਹਨਾਂ ਚੋਂ ਕਿਹੜੇ ਆਰਟਿਸਟ ਨੇ ਹੁਣ ਤੱਕ ਮੂਵੀਸ ਐਕਟ ਨਹੀਂ ਕੀਤਾ ਹੁਣ ਮੈਂ ਨੱਪਿਆ ਪਹਿਲਾਂ ਕਿਉਂਕਿ ਮੈਂ ਸੁਣ ਕੇ ਨੱਪਦਾ ਠੀਕ ਹੈ ਚਲੋ ਤੇ ਤੁਹਾਡੇ ਆਪਸ਼ਨਸ ਨੇ ਮੂਵੀਜ਼ ਐਕਟ ਨਹੀਂ ਕੀਤਾ ਹਾਂਜੀ ਹਾਂ ਨਹੀਂ ਕੀਤਾ ਆਪਸ਼ਨ ਤੁਹਾਡੇ ਆਪਸ਼ਨ ਨਹੀਂ ਦੱਸ ਦਿੰਦਾ ਕਿ ਮੈਂ ਨਹੀਂ ਕੀਤਾ ਸੁਨੰਦਾ ਸ਼ਰਮਾ ਜੈਸਮਿਨ ਸੈਂਡਲਸ ਜਾਂ ਬਾਣੀ ਸੰਧੂ ਜੈਸਮਿਨ ਸੈਂਡਲਸ ਬਿਲਕੁਲ ਸਹੀ ਜਵਾਬ ਤੇ ਇਸੇ ਨਾਲ ਹੀ 10 ਪੁਆਇੰਟਸ ਤੇ ਹੁਣ ਇਸ ਰਾਊਂਡ ਦਾ ਲਾਸਟ ਸਵਾਲ ਸਕਰੀਨ ਤੇ ਹੋਏਗਾ ਫਿਰ ਤੋਂ ਇੱਥੇ ਤੁਹਾਨੂੰ ਇੱਕ ਆਰਟਿਸਟ ਦੀ ਫੋਟੋ ਦਿਖਾਈ ਜਾਊਗੀ ਤੁਸੀਂ ਉਸ ਆਰਟਿਸਟ ਦੀਆਂ 5 ਮੂਵੀਜ਼ ਦੱਸਣੀਆਂ ਨੇ ਓਕੇ ਰੂਲਸ ਤਾਂ ਤੁਹਾਨੂੰ ਪਤਾ ਹੀ ਨਹੀਂ 30 ਸੈਕਿੰਡ ਦਾ ਟਾਈਮ ਮਿਲੂਗਾ ਸਿਰਫ ਇੱਕ ਹੀ ਜਣਾ ਜਵਾਬ ਦੇ ਸਕਦਾ ਤੇ ਉਹ ਆਰਟਿਸਟ ਨੇ ਸਵਾਲ ਕੀ ਸੀਗਾ ਦੁਬਾਰਾ ਆਰਟਿਸਟ ਦੀ ਫੋਟੋ ਦਿਖਾਈ ਜਾਊਗੀ ਹਾਂਜੀ ਤੁਸੀਂ ਉਹਨਾਂ ਦੀਆਂ 5 ਫਿਲਮਾਂ ਦੱਸਣੀਆਂ ਨੇ ਠੀਕ ਹੈ ਜੀ ਠੀਕ ਹੈ ਤੇ ਉਹ ਆਰਟਿਸਟ ਨੇ ਮੈਂ ਨੱਪਿਆ ਹਾਂਜੀ ਮੈਂ ਨੱਪਿਆ ਨਹੀਂ ਜੇ ਪਹਿਲਾਂ ਕਿੰਨਾ ਨੇ ਦੱਬਿਆ ਇਹ ਤਾਂ ਜਿਹਨੇ ਮਰਜ਼ੀ ਨੱਪਿਆ ਉਹ ਮੈਨੂੰ ਤਾਂ ਪਤਾ ਨਹੀਂ ਲਾਹੌਰੀਏ ਹਾਂਜੀ ਜੋੜੀ ਹਾਂਜੀ ਅਫਸਰ ਹਾਂਜੀ ਹੁਣੇ ਕਿਹੜੀ ਆਈ ਸੀ ਕਿੰਨੇ ਦੱਸਣੀ ਹੈ 5 ਕਿੰਨੇ ਸੈਕਿੰਡ ਰਹਿ ਗਏ 19 ਸੈਕਿੰਡ ਬਸ ਓਕੇ 19 ਸੈਕਿੰਡ ਓ ਮਾਈ ਗॉड 19 ਸੈਕਿੰਡ 1 2 3 4 ਨਹੀਂ ਰਹਿ ਗਿਆ ਟਾਈਮ ਹੀ ਮੁੱਕ 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 ਗਿਆ ਪਰ ਇਹਨੂੰ ਡਿਸਕੁਆਲੀਫਾਈ ਨਹੀਂ ਕਰਦਾ ਇਹਨੂੰ ਡਿਸਕੁਆਲੀਫਾਈ ਥੋੜੀ ਹੁੰਦਾ ਇਹ ਤਾਂ ਡਿਸਟ੍ਰੈਕਸ਼ਨ ਹੈ ਤਾਂ ਕਰੀ ਸਕਦੇ ਐ ਨਹੀਂ ਤਾਂ ਹੁੰਦਾ ਹੀ ਐਵੇਂ ਕਰਦਾ ਹੁੰਦਾ ਟਾਈਮ ਹੀ ਮੁੱਕ ਗਿਆ ਪਰ ਐਦਾਂ ਥੋੜੀ ਹੁੰਦਾ ਯਾਰ ਨੋ ਚਲੋ ਜੀ ਮੈਂ ਆ ਗੇਮ ਨੂੰ ਐਗਰੀ ਨਹੀਂ ਕਰਦਾ ਮੈਂ ਬੋਲ ਰਿਹਾ ਸੀ ਮੇਰਾ ਆਨਸਰ ਨਹੀਂ ਦੇਣ ਦਿੱਤਾ ਉਹਨਾਂ ਨੂੰ ਨਹੀਂ ਉਹ ਤਾਂ ਮਤਲਬ ਨਹੀਂ ਰੋਂਗ ਪਰ ਜੇ ਮੈਨੂੰ ਖੰਗ ਆ ਜਾਂਦੀ ਫਿਰ ਮੈਂ ਗਲਤ ਐ ਸਹੀ ਕੋਈ ਗੱਲ ਨਹੀਂ ਚਲੋ ਨੋ ਦੁਬਾਰਾ ਕਰੋ ਤੁਸੀਂ ਸਹੀ ਕਰੋ ਨੋ ਨਾ ਮੈਂ ਆਪਾਂ ਮੈਂ ਕੁਝ ਮੈਂ ਨੋ ਨੋ ਇਹ ਗੇਮ ਆਪਾਂ ਮੈਂ ਤੈਨੂੰ ਇੱਕ ਵੀ ਆਨਸਰ ਨਾ ਦੇ ਦਿੰਦਾ ਤੂੰ ਮੈਂ ਤੈਨੂੰ ਇੰਟਰਪਟ ਕਰਦਾ ਨਾ ਤੂੰ ਇੱਕ ਵੀ ਆਨਸਰ ਨਹੀਂ ਸੀ ਦੇ ਚਲੋ ਅੱਗੇ ਦੇਖ ਰਹੇ ਆ ਨੋ 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 ਅੱਗੇ ਦੇਖਦੇ ਆ ਚਲੋ ਕੋਈ ਗੱਲ ਨਹੀਂ ਜੰਗਨ ਸੌਂਗ ਕਰੇ ਵੀ ਮੂਵੀ ਮੈਨੂੰ ਦੱਸ ਸੌਂਗਨ ਸੌਂਗ ਕਰੇ ਅਫਸਰ ਲਾਹੌਰੀਏ ਠੀਕ ਆ ਹਾਂਜੀ ਤੈਨੂੰ ਹੋ ਗਈ ਸੰਗ ਸੰਗ ਨੇ ਤੁਹਾਨੂੰ ਵੀ ਤੈਨੂੰ ਨਹੀਂ ਪਤਾ ਹੈ ਚੌਥੀ ਤਾਂ ਤੁਹਾਨੂੰ ਨਹੀਂ ਪਤਾ ਜੋੜੀ
ਪਰ ਇਦਾਂ ਤੁਸੀਂ ਹੁਣ ਆਨਸਰ ਕਿਉਂ ਲੈ ਰਹੇ ਹੋ ਮੈਂ ਉਹੀ ਤੇ ਗੱਲ ਹੈ ਯਾਰ ਉਂਗਲਾਂ ਨਾ ਤੋੜ ਲਿਓ ਨਹੀਂ ਮੈਂ ਕਿਉਂ ਮੇਰੀ ਆਪਾਂ ਕਿਉਂ ਇੰਟਰਪਟ ਕਰਾਂ ਇਹ ਕਿਸੇ ਦੇ ਆਨਸਰ ਨੂੰ ਇਹਨੀ ਜ਼ਰੂਰ ਪੰਜਵੀਂ ਚਲੋ ਮੈਨੂੰ ਪੰਜਵੀਂ ਤੀਜਾ ਪੰਜਾਬ ਹੁਣ ਤੁਸੀਂ ਟਾਈਮ ਤੇ ਦੇਖਿਆ ਨਹੀਂ ਨਹੀਂ ਹੁਣ ਚੱਲ ਹੀ ਨਹੀਂ ਰਿਹਾ ਹਾਂਜੀ ਗੇਮ ਤੇ ਆਊਟ ਹੀ ਨਹੀਂ ਦੁਬਾਰਾ ਕੁਐਸਚਨ ਪੁੱਛੋ ਜੀ ਤੁਸੀਂ ਸਿਰਫ ਮਤਲਬ ਨਹੀਂ ਨਹੀਂ ਇਹਦੇ ਚ ਸਿਰਫ ਇੱਕ ਜਣੇ ਨੂੰ ਹੀ ਮੌਕਾ ਮਿਲਦਾ ਇਸ ਸਵਾਲ ਦਾ ਜਵਾਬ ਦੇਣ ਦੀ ਹਾਂਜੀ ਕੁਐਸਚਨ ਤੁਸੀਂ ਕਿਸੇ ਹੋਰ ਦੀ ਫੋਟੋ ਕੱਢੋ ਦੁਬਾਰਾ ਪੁੱਛੋ ਤੇ ਫੇਰ ਤਰੀਕੇ ਨਾਲ ਆਨਸਰ ਲਾਓ ਜੇ ਰੂਲ ਦਾ ਰੂਲ ਆ ਨਾ ਉਹ ਨਹੀਂ ਤਾਂ ਇਹ ਕੀ ਉਹਨਾਂ ਦਾ ਤਾਂ ਟਾਈਮ ਨਹੀਂ ਸੀ ਕਿ ਤੁਸੀਂ ਦੂਜੇ ਬੰਦੇ ਨੂੰ ਡਿਸਟਰਬ ਨਹੀਂ ਕਰ ਸਕਦੇ ਹਾਂ ਇਦਾਂ ਲਿਖਿਆ ਨਹੀਂ ਨਹੀਂ ਇਦਾਂ ਥੋੜੀ ਹੁੰਦਾ ਠੀਕ ਹੈ सवाल ਠੀਕ ਹੈ ਤੇ ਹੁਣ ਪੁਆਇੰਟਸ ਕੁਝ ਇਸ ਤਰ੍ਹਾਂ ਨੇ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਹੈ ਰੂਪੀ ਤੁਹਾਡੇ ਤੋਂ ਜਿਵੇਂ ਤੁਸੀਂ ਇਹਦੇ 'ਚ ਹੈ ਨਾ ਮੂਵੀ ਦੇ ਵਿੱਚ ਜਿਹੜੀ ਤਾਂ ਪੂਰੀ ਰਿਸਰਚ ਕੀਤੀ ਹੋਈ ਆ ਵੀ ਤੁਸੀਂ ਕਹਿ ਰਹੇ ਹੋ ਵੀ ਮੈਂ ਪੂਰੀ ਰਿਸਰਚ ਕੀਤੀ ਹੋਈ ਹੈ ਮੈਨੂੰ ਪਤਾ ਤੇਰੀ ਲਾਈਫ ਦੀ ਕੀ ਸਟੋਰੀ ਆ ਇਨ ਰੀਅਲ ਲਾਈਫ ਕੋਈ ਇੱਦਾਂ ਦਾ ਆਰਟਿਸਟ ਹੈ ਜਿਹਨੂੰ ਤੁਸੀਂ ਇੰਨਾ ਐਡਮਾਇਰ ਕਰਦੇ ਹੋ ਕਿ ਤੁਸੀਂ ਉਹਨਾਂ ਦੀ ਪੂਰੀ ਰਿਸਰਚ ਕੀਤੀ ਹੋਈ ਹੈ ਪੂਰਾ ਤੁਹਾਨੂੰ ਪਤਾ ਉਹਨਾਂ ਬਾਰੇ ਜੀ ਆਲੀਆ ਭੱਟ ਤੇ ਉਹਨਾਂ ਆਲੀਆ ਭੱਟ ਬਹੁਤ ਵਧੀਆ ਲੱਗਦੀ ਹੈ ਉਹਨਾਂ ਮੰਨਦੇ ਹੋ ਤੁਸੀਂ ਥੋੜ੍ਹਾ ਥੋੜ੍ਹਾ ਮੈਂ ਡਿੱਗ ਜਾਣਾ ਇੱਥੇ ਉਹਨਾਂ ਬਾਰੇ ਕੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਫੈਸੀਨੇਟ ਕਰਦੀ ਆ ਆਲੀਆ ਸਭ ਕੁਛ ਮੈਨੂੰ ਮਤਲਬ ਸਭ ਕੁਛ ਉਹਨਾਂ ਦੀ ਐਕਟਿੰਗ ਉਹਨਾਂ ਦੀ ਪਰਸਨੈਲਿਟੀ ਉਹਨਾਂ ਨੇ ਜਿੱਦਾਂ ਆਪਦਾ ਪਰਸਨਲ ਲਾਈਫ ਮਤਲਬ ਕਿੰਨੀ ਬੈਲੈਂਸ ਕਰਕੇ ਰੱਖੀ ਹੋਈ ਆ ਸਾਰਾ ਕੁਛ ਅਤੇ ਕੋਈ ਇੱਦਾਂ ਦਾ ਆਲੀਆ ਭੱਟ ਨੂੰ ਛੱਡ ਕੇ ਕੋਈ ਇਹੋ ਜਿਹਾ ਆਰਟਿਸਟ ਹੈ ਜਿਹਦੇ ਨਾਲ ਤੁਸੀਂ ਮਤਲਬ ਚਾਹੁੰਦੇ ਹੋ ਕਿ ਤੁਸੀਂ ਇਨ ਫਿਊਚਰ ਕੰਮ ਕਰੋ ਲਾਈਕ ਜਿਹਨੂੰ ਤੁਸੀਂ ਇੱਦਾਂ ਦਾ ਕੋਈ ਸਪੈਸੀਫਿਕ ਤਾਂ ਨਹੀਂ ਹੈਗਾ ਮੈਂ ਤਾਂ ਸਾਰਿਆਂ ਨੂੰ ਕਰਨਾ ਚਾਹੁੰਦਾ ਠੀਕ ਹੈ ਜੀ ਤਾਂ ਬਿਲਕੁਲ ਤੁਸੀਂ ਸਾਰਿਆਂ ਨਾਲ ਹੀ ਕਰੋਗੇ ਅਤੇ ਹੁਣ ਮੈਂ ਪੁਆਇੰਟਸ ਅਨਾਊਂਸ ਕਰ ਦੇਣਾ ਚਾਹੁੰਦੀ ਹਾਂ ਅਗਲਾ ਵਾਲਾ ਜਿਹੜਾ ਰਾਊਂਡ ਹੈ ਉਹ 20-20 ਪੁਆਇੰਟਸ ਦਾ ਹੈ ਯੈਸ ਅਤੇ ਹੁਣ ਬਾਲੀਵੁੱਡ ਕੁਇਜ਼ ਤੋਂ ਬਾਅਦ ਜਿਹੜੇ ਪੁਆਇੰਟਸ ਨੇ ਉਹ ਕੁਝ ਇਸ ਤਰ੍ਹਾਂ ਨੇ ਗੁਰਨਜ਼ਰ ਜੀ ਤੁਸੀਂ ਲੀਡ ਕਰ ਰਹੇ ਹੋ ਵਿਦ 60 ਪੁਆਇੰਟਸ ਓ ਥੈਂਕ ਯੂ ਗੁਰਨਾਮ ਜੀ ਤੁਸੀਂ ਹੋ 45 ਪੁਆਇੰਟਸ ਤੇ ਰੂਪੀ ਜੀ ਤੁਸੀਂ ਹੋ 30 ਪੁਆਇੰਟਸ ਤੇ ਥੈਂਕ ਯੂ चार सवाल पूछे जाएंगे ते हर सही जवाब ते तुहानू हर सही जवाब ते तुहानू 20 पॉइंट्स मिलेंगे ठीक है जी चारे सवाल स्क्रीन ते होंगे ਤੇ 30 ਸੈਕਿੰਡ ਦਾ ਟਾਈਮ ਮਿਲੇਗਾ ਹਰ ਜਵਾਬ ਦੇਣ ਲਈ ਠੀਕ ਹੈ ਤੇ ਬੈਲ ਵੀ ਨੱਪਣੀ ਹੈ ਹਾਂਜੀ ਜਿਹੜਾ ਪਹਿਲਾਂ ਬਸਰ ਦੱਬ ਕੇ ਜਵਾਬ ਦੋ ਉਹਦਾ ਨਾਂ ਦੇ ਨਾਲ ਟਾਈਮ ਸ਼ੁਰੂ ਹੋ ਜਾਊਗਾ ਯਾਰ ਆ ਬੈਲ ਵਾਲਾ ਕੰਮ ਬੜਾ ਗਲਤ ਹੈ ਚਲੋ ਹੈਨਾ ਇਹੀ ਤਾਂ ਸਭ ਤੋਂ ਮੇਨ ਹੈ ਤੇ ਜੇ ਕਿਸੇ ਨੇ ਤੁਹਾਡਾ ਕੁਐਸਚਨ ਪਹਿਲ ਖਤਮ ਹੋਣ ਤੋਂ ਪਹਿਲਾਂ ਉਹ ਡਿਸਕੁਆਲੀਫਾਈ ਵੀ ਕਰਾਇਆ ਹੋਵੇ ਭਾਵੇਂ ਇੱਕ ਵਰਡ ਹੀ ਰਹਿੰਦਾ ਹੋਵੇ ਹਾਂਜੀ ਤੇ ਜੇ ਹੋਰ ਕੋਈ ਜਵਾਬ ਦੇ ਰਿਹਾ ਆ ਤੇ ਦੂਜੇ ਬੰਦੇ ਦਾ ਜੀ ਕਰ ਰਿਹਾ ਕਿ ਉਹ ਬੋਲੇ ਉਹ ਕੁਝ ਵੀ ਕਵੇ ਆਪਣੇ ਦਿਨ ਬਾਰੇ ਕਿਸੇ ਨਾਲ ਸ਼ੇਅਰ ਕਰੇ ਜਾਂ ਕੁਝ ਵੀ ਕਰੇ ਤਾਂ ਉਹਦੀ ਚੋਇਸ ਆ ਉਹ ਜੋ ਮਰਜ਼ੀ ਪਿੱਟਣਾ ਰੋਂਦੀ ਪਿੱਟਣਾ ਪਿੱਟੋ ਪਿੱਟੋ ਸੀ ਆਦੇ ਕੋਈ ਬੋਲ ਰਿਹਾ ਮੈਂ ਕੁਝ ਨਹੀਂ ਕਹਿ ਰਹੀ ਤਾਂ ਮੈਂ ਕੁਝ ਵੀ ਕਹਿ ਸਕਦੀ ਆ ਉਹਦੇ ਨਾਲ ਤੁਹਾਡਾ ਸਵਾਲ ਦਾ ਕੀ ਇਫੈਕਟ ਪੈਂਦਾ ਆ ਤਾਂ ਹੁਣ ਮੈਂ ਕੀ ਮੈਮ ਤੁਸੀਂ ਕੰਟੀਨਿਊ ਕਰੋ ਉਹਨਾਂ ਨੇ ਬਹੁਤ ਸਟਰਗਲ ਕੀਤਾ ਫਿਲਮ 'ਚ ਇੱਥੇ ਵਿਚਾਰੇ ਨਹੀਂ ਕੱਢ ਰਹੇ ਨੇ ਉਹ चलो वधिया हो गया यार एपिसोड ते मैं बहुत एंजॉय कर रहा सच्ची जे कोई हाथा पाई आ जाए
ਮੈਂ ਤਾਂ ਜਿੱਤ ਵੀ ਨਹੀਂ ਰਹੀ ਹੈਗੀ ਪੱਟੀਆਂ ਆਮ ਕਰ ਸਕਦੇ ਸੀ ਹਾਂ ਬਈ ਮੇਰੇ ਘਰੇ ਕਹਿ ਦੋ ਵੀ ਜੇ ਮੈਨੂੰ ਕੋਈ ਸੱਟ ਵੱਜੀ ਅੱਜ ਇੱਥੇ ਸੋਚ ਤਰੂਪੀ ਜੀ ਮੈਂ ਤਾਂ ਜਿੱਤ ਵੀ ਨਹੀਂ ਰਹੀ ਫਿਰ ਵੀ ਮੈਂ ਹੈਨਾ ਇਹ ਹਾਰਦਾ ਹੋਇਆ ਬੰਦਾ ਹੀ ਖੁੰਦਕ ਕੱਢਦਾ ਚਲੀਏ ਕਰੀਏ ਮੈਮ ਸ਼ੁਰੂ ਕਰੀਏ ਚਲੋ ਮੈਮ ਪਲੀਜ਼ ਯਾਰ ਇਹ ਹਾਰ ਰਹੇ ਨੇ ਅੱਗੇ ਚਲੋ ਹਾਂ ਆ ਦੇਖੋ ਇਹਨਾਂ ਨੇ ਦੇਖੋ ਦਿੱਤਨ ਦੋ ਯਾਰ ਵੀਰੇ ਪੂਰੀ એનર્ਜੀ ਇਹਨਾਂ ਨੇ ਬਚਾ ਕੇ ਰੱਖੀ ਹੋਈ ਹੈ ਹਾਂ ਟੱਲੀ ਵੇਚ ਚੈੱਕ ਕੀਤੀ ਹੈ ਵਜਦੀ ਕਿ ਨਹੀਂ ਰੂਪੀ ਡੰਡਾ ਲੈ ਕੇ ਮੇਰੇ ਮਗਰ ਪੈ ਸਕਦੀ ਚਲੋ ਮੈਮ ਸਟਾਰਟ ਚਲੋ ਹੁਣ ਆਪਾਂ ਸਟਾਰਟ ਕਰੀਏ ਹਾਂਜੀ ਸੌਰੀ ਪਹਿਲਾ ਸਵਾਲ ਇਹਦੇ 'ਚ ਤੁਹਾਨੂੰ ਇੱਕ ਪਰਸਨੈਲਿਟੀ ਦੀ ਆਡੀਓ ਸੁਣਾਈ ਜਾਏਗੀ ਤੁਸੀਂ ਉਹ ਗੈਸ ਕਰਨਾ ਕਿ ਕੀ ਦੀ ਆਵਾਜ਼ ਹੈ ਠੀਕ ਹੈ ਅੱਛਾ ਨਹੀਂ ਇੱਕ ਮਿੰਟ ਚਲੋ ਜੀ ਪਹਿਲਾਂ ਤੁਸੀਂ ਇੱਕ ਆਡੀਓ ਸੁਣਾਈ ਜਾਏਗੀ ਉਹ ਫਿਰ ਉਹ ਆਡੀਓ ਅਸੀਂ ਬੈਲ ਕਦੋਂ ਮਾਰਨੀ ਹੈ ਆਵਾਜ਼ ਸੁਣਦੇ ਹਾਂ ਉਹ ਸੁਣਦੇ ਹਾਂ ਜਦੋਂ ਤੁਹਾਨੂੰ ਪਤਾ ਲੱਗ ਜਾਏ ਤੇ ਦੁਬਾਰਾ ਨਹੀਂ ਚਲਾਵਾਂਗੇ ਫਿਰ ਆਪਾਂ ਉਸ ਆਡੀਓ ਨੂੰ ਹੈਨਾ ਨਹੀਂ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਸਾਰਿਆਂ ਦੀ ਸਹਿਮਤੀ ਨਾਲ ਚਲਾ ਸਕਦੇ ਠੀਕ ਹੈ ਚਲੋ ਜੀ ਤੇ ਉਹ ਆਡੀਓ ਹੈ 30 ਸੈਕਿੰਡ ਦਾ ਟਾਈਮ ਮਿਲੂ ਆਡੀਓ ਤੋਂ ਬਾਅਦ ਸੌਰੀ ਪ੍ਰੈਸ ਕਰਨਾ ਹਾਂਜੀ ਆਡੀਓ ਸੁਣਨ ਤੋਂ ਬਾਅਦ ਤੇ ਉਹ ਆਡੀਓ ਹੈ ਦੋਸਤਾਂ ਮੈਂ ਨੱਪਿਆ ਪਹਿਲਾਂ ਕਰਨੀ ਚਾਹੀਦੀ ਹੈ ਮੈਂ ਨੱਪਿਆ ਪਹਿਲਾਂ ਹਾਂਜੀ ਉਹ ਗੁੱਗੂ ਗਿੱਲ ਭਾਜੀ ਬਿਲਕੁਲ ਸਹੀ ਜਵਾਬ ਬਿਲਕੁਲ ਤੁਹਾਨੂੰ ਪਤਾ ਸੀ ਆਪ ਤੇ ਇਸੇ ਨਾਲ ਹੀ 20 ਪੁਆਇੰਟਸ ਸਿੱਧਾ ਤੇ ਹੁਣ ਅਗਲਾ ਤੁਹਾਨੂੰ ਸਕਰੀਨ ਤੇ ਇੱਕ Song ਦਾ ਸਕਰੀਨਸ਼ਾਟ ਦਿਖਾਇਆ ਜਾਊਗਾ ਤੁਸੀਂ ਉਹ Song ਗੈਸ ਕਰਨਾ ਕਿ ਕਿਹੜਾ Song ਹੈ 30 ਸੈਕਿੰਡ ਦਾ ਟਾਈਮ ਹੈ ਤੇ ਉਹ ਸਕਰੀਨਸ਼ਾਟ ਹੈ ਮੈਂ ਨੱਪਿਆ ਵੱਖਰਾ ਸਵੈਗ ਨਹੀਂ ਉਹ ਵੱਖਰਾ ਸਵੈਗ ਨਹੀਂ ਵੈਰੀ ਗੁੱਡ ਤਾੜੀਆਂ ਦੀ ਗੂੰਜ ਤੋਂ ਪਤਾ ਲੱਗ ਗਿਆ ਕਿ ਸਹੀ ਜਵਾਬ ਹੈ ਤੇ 20 ਪੁਆਇੰਟਸ ਲੈ ਗਏ ਥੈਂਕ ਯੂ ਜੀ ਅਗਲਾ ਸਵਾਲ ਇੱਥੇ ਤੁਹਾਨੂੰ ਇੱਕ ਮੂਵੀ ਦਿਖਾਈ ਜਾਊਗੀ ਸਕ੍ਰੈਂਬਲ ਕਰਕੇ ਤੇ ਤੁਸੀਂ ਉਹ ਮੂਵੀ ਗੈਸ ਕਰਨੀ ਹੈ ਕਿ ਕਿਹੜੀ ਹੈ ਆ ਜਾਓ ਜੀ ਤੇ ਮੂਵੀ ਹੈ ਹਾਂਜੀ ਇੱਕ ਮਿੰਟ ਸਭ ਤੋਂ ਪਹਿਲਾਂ ਕਿਹਨਾਂ ਨੇ ਬਜ਼ਰ ਦਬਾਇਆ ਰੂਪੀ ਜੀ ਨੇ ਹਾਂਜੀ ਨਹੀਂ ਐਸ ਕੀ ਤਾਂ ਮੇਰਾ ਬਣਦਾ ਸੀ ਮੇਰਾ ਬਣਦਾ ਸੀ ਜੀ ਟਾਈਮਰ ਸਟਾਰਟ ਹੋ ਚੁੱਕਿਆ ਤੁਹਾਡਾ ਮੇਰਾ ਬਣਦਾ ਸੀ ਐਸ ਕੀ ਵੈਸੇ ਵਾਰਿਸ਼ ਇਹਨਾਂ ਡਾਊਟ ਕਾਤੋ ਕਰ ਰਹੇ ਆਪਣੇ ਬਿਲਕੁਲ ਸਹੀ ਜਵਾਬ ਹੈ ਵੈਰੀ ਗੁੱਡ 20 ਪੁਆਇੰਟਸ ਲੈ ਗਏ ਵੈਰੀ ਗੁੱਡ ਤੇ ਹੁਣ ਲਾਸਟ ਸਵਾਲ ਇਸ ਪੂਰੀ ਗੇਮ ਦਾ ਤੇ ਇਸ ਰਾਉਂਡ ਦਾ ਵੀ ਇੱਥੇ ਤੁਹਾਨੂੰ ਇੱਕ ਮੂਵੀ ਦਾ ਸਕਰੀਨਸ਼ਾਟ ਦਿਖਾਇਆ ਜਾਊਗਾ ਤੇ ਤੁਸੀਂ ਉਹ ਮੂਵੀ ਗੈਸ ਕਰਨੀ ਹੈ ਕਿ ਕਿਹੜੀ ਮੂਵੀ ਹੈ ਠੀਕ ਹੈ ਜੀ ਤੇ ਉਹ ਮੂਵੀ ਹੈ ਮੈਂ ਨੱਪਿਆ ਪਹਿਲਾਂ ਮੈਂ ਨੱਪਿਆ ਮੈਂ ਨੱਪਿਆ ਥੈਂਕ ਯੂ ਮੇਰੀ ਲਾਈਟ ਆਨ ਹੋਈ ਦੈਟਸ ਵਾਈ ਜੀ ਲਵ ਪੰਜਾਬ ਵੈਰੀ ਗੁੱਡ ਥੈਂਕ ਯੂ ਯਾਰ ਮੈਂ ਨੱਪਿਆ ਸੀ ਥੈਂਕ ਯੂ ਜੀ ਮੈਂ ਨੱਪਿਆ ਸੀ ਵੈਸੇ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਥੈਂਕ ਯੂ ਲਾਈਟ ਤਾਂ ਹਾਂ ਸਭ ਤੋਂ ਪਹਿਲਾਂ ਗਾਣਾ ਵੀ ਦੱਸ ਦਈਏ ਗਾਣਾ ਦੇ ਨਾਂ ਆ ਗੋਰੀਆਂ ਬਾਹਾਂ ਬਾਹਾਂ ਸਮਥਿੰਗ ਹੈ ਨਾ ਇਸ ਨਾਲ 20 ਪੁਆਇੰਟਸ ਹੋ ਗਏ ਮੈਨੂੰ ਪਤਾ ਨਹੀਂ ਤੁਹਾਨੂੰ ਵੈਰੀ ਗੁੱਡ ਮੂਵੀਜ਼ ਦਾ ਮੈਨੂੰ ਤੇ ਹੁਣ ਸਾਡਾ ਵਿਨਰ ਅਨਾਊਂਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨਾਂ ਨੂੰ ਰਿਕੁਐਸਟ ਕਰੂੰਗੀ ਕਿ ਮੇਰੇ ਕੋਲ ਆ ਜਾਓ ਤੁਸੀਂ ਤਾਂ ਕਿ ਆਪਾਂ ਅਨਾਊਂਸ ਕਰ ਸਕੀਏ ਮੈਂ ਵੀ ਆਉਂਦੀ ਅਮਾਨਤ ਲੈਵਾਂ ਮੈਨੂੰ ਹੈਲਮਟ ਲਿਆ ਦਿਓ ਪਲੀਜ਼ ਜੇ ਮੇਰੇ ਕੁਝ ਵੱਜ ਗਿਆ ਇਸ ਸ਼ੋਅ ਤੋਂ ਬਾਅਦ ਤੇ ਸਾਡੇ ਅੱਜ ਦੇ ਇਸ ਸ਼ੋਅ ਦੇ ਜੋ ਵਿਨਰ ਨੇ ਕੌਣ ਲੱਗਦਾ ਮੈਂ ਹੀ ਆ ਇਹੀ ਨੇ ਮੈਂ ਗਿਣ ਲਏ ਪੁਆਇੰਟਸ ਗਿਣ ਲਏ ਹਾਂਜੀ ਰੂਪੀ ਦੇ 35 ਸੀਗੇ ਉਹਦੇ 40 ਦਿੱਤੇ 75 ਹੋ ਗਏ ਮੇਰੇ 45 ਸੀ 40 ਦਿੱਤੇ 85 ਹੋ ਗਏ ਤੇ ਬਿਲਕੁਲ ਸਹੀ ਇਹਨਾਂ ਨੇ ਕਾਊਂਟ ਕੀਤਾ ਹੈ ਸਾਡੇ ਅੱਜ ਦੇ ਵਿਨਰ ਨੇ ਵਿਦ 85 ਪੁਆਇੰਟਸ ਗੁਰਨਾਮ ਭੁੱਲਰ ਅਜੇ ਮੇਰੇ ਪੁਆਇੰਟਸ 105 ਹੋ ਜਾਣੇ ਸੀ ਜੇ ਕੋਈ ਬੰਦਾ ਮੈਨੂੰ ਆਨਸਰ 'ਚ ਇੰਟਰਪਟ ਨਾ ਕਰਦਾ ਥੈਂਕ ਯੂ ਤੇ ਰੂਪੀ ਜੀ ਨੂੰ ਮਿਲੇ ਨੇ 70 ਪੁਆਇੰਟਸ ਬਹੁਤ ਵੱਡਾ ਲੱਗ ਰਿਹਾ ਯਾਰ ਉਹ ਯਾਰ ਇਹਦੇ ਤੁਸੀਂ ਬਿਸਕਿਟ ਵੀ ਪਾਤੇ ਯਾਰ ਬਹੁਤ ਸਾਰੀਆਂ ਨੇ ਚਿਪਸ ਵੀ ਨੇ ਰੀਵਨ ਬਾਹਲਾ ਸੋਹਣਾ ਨਾ
ਇਹ ਤਾਂ ਦੇਖੋ ਤੁਹਾਡਾ ਹੋ ਹੀ ਗਿਆ ਹੁਣ ਦੋ ਬੋਲ ਤੁਹਾਡੀ ਇਸ ਗੇਮ ਲਈ ਵਿਨਰ ਸਪੀਚ ਹੋ ਜਾਏ ਹੁਣ ਆ ਮੈਂ ਚਾਹਣਾ ਕਿ ਮੇਰੀ ਜਿੱਤ ਦੀ ਖੁਸ਼ੀ ਚ ਤੁਸੀਂ ਸਾਰੇ ਪਹਿਲਾਂ ਤਾਂ ਆਪਣਾ ਟੈਨਸ਼ਨ ਨਾ ਲਓ ਰੁਪਿਆ ਸ਼ੁਰੀ ਮੈਂ ਤੈਨੂੰ ਦੇ ਜਾਣੀ ਕੱਢ ਕੇ ਸਟਾਪ ਪਰ ਪਤਾ ਮੈਂ ਕਿਸੇ ਦੇ ਘਰੇ ਪਿਆ ਦੇ ਐਮੀ ਵੀਰੇ ਦੇ ਘਰੇ ਪਿਆ ਵੇਖਿਆ ਸੀ ਆ ਮੈਂ ਹੁਣ ਸੱਚੀ ਮੈਂ ਆਇਆ ਕਰ ਜਾਣਾ थोड़ा हार्ट तो फील कर रहे हो ना कि रूपी ने दी क्लोज कैमरा मैन फोकस करो शामी 5 बजे ओनली ऑन पिटारा।